ਇਹੋ ਜਿਹੇ ਪ੍ਰਧਾਨ ਬਹੁਤ ਆਏ ਆ। ਇਹ ਤਾਂ ਜੇ ਜਵਾਕ ਆ ਛੋਟਾ ਜਿਹਾ, ਇਹ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਛੋਟਾ ਭਾਂਡਾ ਭਰ ਜੇ ਤਾਂ ਉੱਛਲਣ ਲੱਗ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜੋ, ਖੜੀ ਆ, ਉਹ ਧਰਮ ਦੀ ਗੱਲ ਕਰਦਾ, ਖੜਾ ਕਰਕੇ ਤਾਂ ਜੋ ਵੀ ਖੜਾ ਕਰਕੇ ਹੀ ਤਾਂ ਸਭ ਕੁਛ ਹੋਇਆ ਨਾ। ਰੋਕਿਆ ਗਿਆ ਮੈਨੂੰ ਤਾਂ ਝੰਡਾ ਕੋਲ ਚੱਕਿਆ ਕੇਸਰੀ, ਕੇਸਰੀ ਕਰਕੇ ਤਾਂ ਮੈਂ ਕਿਹਾ ਤਿਰੰਗਾ ਮਿਲਿਆ ਭਾਈ। ਇਹ ਰਾਜਾ ਬੜੇ ਕਹੇ ਨਾ, ਜੇ ਮੈਨੂੰ ਸਿੱਖੀ ਦੀ ਗੱਲ ਚੁੱਭਦੀ ਹੈ, ਜੇ ਕੇਸਰੀ ਨਿਸ਼ਾਨ ਚੁੱਭਦਾ ਜਾਂ ਮੇਰਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜਨਾ ਚੁੱਭਦਾ ਹੈ, ਤਾਂ ਇਹ ਕਹੇ ਆਪਦੇ ਹਲਕੇ ਦੇ ਲੋਕਾਂ ਨੂੰ ਕਿ ਮੈਨੂੰ ਵੋਟ ਨਾ ਪਾਇਓ। ਹੈਗੀ ਜ਼ਰੂਰਤ ਇਹ 'ਚ ਕਹਿਣ, ਮੇਰੇ ਨਾਲ ਅੱਖਾਂ ਮਿਲਾ ਕੇ ਗੱਲ ਕਰੇ ਰਾਜਾ ਬੜਿੰਗ, ਅੱਖਾਂ ਮਿਲਾ ਕੇ ਮੇਰੇ ਨਾਲ ਗੱਲ ਕਰੇ ਚੋਰ ਮੇਰੇ ਨਾਲ। ਜੇ ਕਮਲਜੀਤ ਸਿੰਘ ਸੱਚ ਬੋਲਦਾ ਤਾਂ ਕਾਂਗਰਸ ਕਮਜ਼ੋਰ ਹੁੰਦੀ ਆ, ਜੇ ਤੂੰ ਚੋਰੀਆਂ ਠੱਗੀਆਂ ਕਰਦਾ ਹੈ ਤਾਂ ਕਾਂਗਰਸ ਤਕੜੀ ਹੁੰਦੀ ਹੈ। ਲਾਈਵ ਡਿਬੇਟ 'ਚ ਬੈਠੋਗੇ ਰਾਜਾ ਬੜਿੰਗ? ਮੈਂ ਕਿਹਾ ਜਿੱਦੇ ਮਰਜ਼ੀ 'ਚ, ਹੁਣੇ ਕਰੋ ਫੋਨ, ਲਾਓ ਫੋਨ, ਹੁਣੇ ਲਾਓ ਫੋਨ, ਦੇਣੂ ਇਹੋ ਜਿਹਾ ਯਾਦ ਰੱਖੋ ਸਾਰੀ ਜ਼ਿੰਦਗੀ, ਬਾਹਰ ਨਿਕਲ ਜੋਗਾ ਨਹੀਂ ਰਹੋ ਇਹ, ਮੇਰੇ ਕੋਲ ਇਹੋ ਜਿਹਾ ਕੁਛ ਹੈ, ਤਾਂ ਮੈਂ ਸਭ ਤੋਂ ਪੁਰਾਣਾ ਮਿੱਤਰ ਹੈ ਇਹਦਾ। ਇਹ 9 ਸਾਲ ਦਾ ਜਦੋਂ ਮੇਰੇ ਪਿਤਾ ਨੇ ਵਰਦੀਆਂ ਗੋਲੀਆਂ ਚੋਣ ਲੜੀ ਆ, ਇਹਨੂੰ ਨੱਕ ਵੀ ਨਹੀਂ ਸਾਫ਼ ਕਰਨਾ ਆਉਂਦਾ ਹੋਣਾ ਉਸ ਵੇਲੇ। ਜਿਹੜੀ ਕਰਲੀ ਹੁੰਦੀ ਆ ਰਾਤ ਨੂੰ ਭੁਮੱਕੜ ਖਾਂਦੀ ਆ, ਦਿਨੇ ਭੁੱਲੁਕ ਜਾਂਦੀ ਆ। ਸਿਆਸੀ ਗਰਾਊਂਡ ਤਲਾਸ਼ ਰਹੇ ਹੋ, ਧਰਮ ਦਾ ਮਖੌਟਾ ਪਾਇਆ ਕਮਲਜੀਤ ਸਿੰਘ ਬਰਾੜ ਨੇ, ਵਾਲ ਤੁਹਾਡੇ ਏਡੇ ਏਡੇ ਸਿਰ ਤੇ, ਏਡੂ ਵੱਡੇ ਵਾਲ ਵੀ ਨਹੀਂ ਰੱਖ ਸਕਦੇ। ਸੋ ਇਹੋ ਜਿਹੇ ਲੋਕਾਂ ਨੂੰ ਮੈਂ ਜਵਾਬ ਦੇ ਨਹੀਂ, ਨਾ ਇਹਨਾਂ ਲੋਕਾਂ ਦੀ ਪਰਵਾਹ ਕਰਦੇ ਹਾਂ। ਆਪਾਂ ਕੋਈ ਛੋਟੀ ਰੇਸ ਵਾਲੇ ਘੋੜੇ ਨਹੀਂ ਹੈਗੇ, ਆਪਾਂ ਵੱਡੀਆਂ ਜੰਗਾਂ ਜਿੱਤਣੀਆਂ। ਸਿੱਧੂ ਮੂਸੇਵਾਲਾ ਕੌਣ ਲੋਕ ਨੇ ਉਹ ਜਿਹੜੇ ਉਹਨੂੰ ਸੱਤਾ 'ਚ ਲੈ ਕੇ ਆਏ? ਕੌਣ ਲੋਕ ਨੇ ਉਹ ਜਿਨ੍ਹਾਂ ਨੇ ਹਾਈ ਕਮਾਂਡ ਦੇ ਨਾਂ 'ਤੇ ਟਿਕਟ ਦਿਵਾਉਣ ਵਾਸਤੇ ਉਹ ਤੋਂ ਪੈਸੇ ਖਾਧੇ? ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਸਿੱਧੂ ਮੂਸੇਵਾਲਾ ਦਾ ਉਹਦੇ ਘਰੇ ਬੈਠ ਕੇ ਉਹਦੇ ਬਾਪ 'ਤੇ ਪ੍ਰੈਸ਼ਰ ਪਾ ਕੇ ਸੰਸਕਾਰ ਕਰਾਇਆ? ਤੁਸੀਂ ਇਹ ਕਹਿਣਾ ਚਾਹੁੰਦੇ ਸਿੱਧੂ ਮੂਸੇਵਾਲੇ ਤੋਂ ਪੈਸੇ ਲਏ ਸੀ ਪਾਰਟੀ? ਪਾਰਟੀ ਨੇ ਨਹੀਂ ਲਏ, ਵਿਅਕਤੀ ਨੇ ਲਏ ਆ, ਕਾਂਗਰਸ ਦੇ ਨਾਮ ਲੈ ਕੇ ਦੱਸ। ਆਹੀ ਆ ਜਿਹੜਾ ਰੌਲਾ ਪਾ ਰਿਹਾ ਅੱਜ, ਇਹਦੀ ਵਜ੍ਹਾ ਕਰਕੇ ਅੰਤਮ ਸੰਸਕਾਰ ਹੋਇਆ, ਇਹਨੇ ਇਹ ਘਰ ਬੈਠਾ ਰਿਹਾ 3 ਦਿਨ, ਅੰਤਮ ਸੰਸਕਾਰ ਕਰਾ ਕੇ ਨਿਕਲਿਆ। ਮੇਰਾ ਮਿੱਤਰ ਹੈ ਭਗਵੰਤ ਮਾਨ, ਲੰਬਾ ਸਮਾਂ ਅਸੀਂ ਇਕੱਠੇ ਰਹੇ, ਮੈਂ ਤਾਂ ਉਹਨੂੰ ਫੋਨ ਕਰਕੇ ਵਧਾਈ ਵੀ ਨਹੀਂ ਦਿੱਤੀ। ਭਗਵੰਤ ਸਿੰਘ ਮਾਨ ਨਾਲ ਰਾਜੇ ਬੜਿੰਗ ਦੀ ਸੈਟਿੰਗ ਪੂਰੀ ਫੁੱਲ, ਮੈਂ ਭਗਵੰਤ ਮਾਨ ਨੂੰ ਚੈਲੇਂਜ ਕਰਦਾ। ਭਗਵੰਤ ਮਾਨ ਨਾ, ਤੂੰ ਪਹਿਲੇ ਦਿਨ ਵਿਧਾਨ ਸਭਾ 'ਚ ਇਹ ਗੱਲ ਕਹੀ ਸੀ, ਪਹਿਲੇ ਸੈਸ਼ਨ 'ਚ ਇਹਦੀ ਜਿਹੜੀ ਤੂੰ 8 ਲੱਖ ਦੀ ਗੱਲ ਕੀਤੀ ਸੀ ਨਾ, ਵੀ ਇੱਕ ਬੱਸ 'ਚੋਂ ਰਾਜੇ ਬੜਿੰਗ ਨੇ 8 ਲੱਖ ਖਾਧਾ ਹੈ, ਉਹਦੀ ਕਰਾ ਜਾਂਚ, ਕਿਉਂ ਨਹੀਂ ਕਰਾਉਂਦਾ ਜਾਂਚ? ਜਿਹੜੇ ਸਿਆਸੀ ਮਾਹਰ ਆ ਉਹ ਵੀ ਕਹਿੰਦੇ ਆ ਵੀ ਕਮਲਜੀਤ ਸਿੰਘ ਬਰਾੜ ਨੂੰ ਹੁਣ SGPC ਦਿੰਦੀ ਆ, ਉਹ ਕਹਿੰਦੇ ਵੀ ਇੱਧਰ ਗੱਲ ਨਹੀਂ ਬਣੀ ਤਾਂ ਅਸੀਂ ਉੱਧਰ ਗੱਲ ਬਣਾ ਲਈ। SGPC ਦਿੰਦੀ, SGPC ਵੀ ਸਾਡੀ ਹੈ, ਗੁਰੂ ਘਰ ਸਾਡੇ ਆ, ਜੇ SGPC ਲੜਨਾਗੇ ਤਾਂ ਫਿਰ ਕੀ ਹੋ ਜੂਗਾ? ਪੰਜਾਬ 'ਚ ਨਵਾਂ ਅਕਾਲੀ ਦਲ ਬਣਨ ਵਾਲਾ ਗਾ। ਜੇ ਤੁਹਾਨੂੰ ਭਾਈ ਅੰਮ੍ਰਿਤਪਾਲ ਕਹਿਣ ਵੀ ਸਾਡੇ ਪੋਲੀਟੀਕਲ ਵਿੰਗ ਦਾ ਤੁਸੀਂ ਰਹਿਨੁਮਾਈ ਕਰੋ, ਜਿੱਦਣ ਨੂੰ ਪਾਤਸ਼ਾਹ ਤੋਰਨਗੇ ਤੁਰੇ ਜਾਂਦੇ ਆ, ਉਹਦੇ ਦਰਸਾਏ ਮਾਰ ਕੇ ਤੇ ਚੱਲੇ। ਤੁਹਾਡੇ ਬਾਪੂ ਜੀ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਮੇਰਾ ਨਾਂ ਕਮਲ ਨੇ ਮਿੱਟੀ 'ਚ ਰੋਲਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਉਲਟਫੇਰ ਹੋ ਚੁੱਕਿਆ ਹੈਗਾ। ਅਕਸਰ ਹੀ ਰਾਜਨੀਤੀ ਦੇ ਵਿੱਚ ਕਿਹਾ ਜਾਂਦਾ ਹੈਗਾ ਵੀ ਜਿਸ ਦੇ ਨਾਲ ਤੁਹਾਡੀ ਜੱਫੀ ਪੈ ਜਾਵੇ, ਕਦੋਂ ਉਹ ਤੁਹਾਨੂੰ ਜੱਫਾ ਲਾ ਜਾਵੇ ਪਤਾ ਹੀ ਨਹੀਂ ਲੱਗਦਾ। ਜੇ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਦੇ ਵਿੱਚ ਬਹੁਤ ਕੁਛ ਚੱਲ ਰਿਹਾ ਹੈਗਾ, ਖਾਸ ਕਰਕੇ ਪੰਜਾਬ ਦੀ ਸਿਆਸਤ ਇਸ ਵਕਤ ਜਿੱਥੇ ਖੜੀ ਆ, ਬਹੁਤ ਲੋਕ ਇਹ ਕਹਿ ਰਹੇ ਨੇ ਵੀ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਰੰਗ ਦਿਖਾਉਣੇ ਨੇ, ਬੜੇ ਲੋਕਾਂ ਨੂੰ ਇੱਥੇ ਬੜੇ ਲੋਕਾਂ ਨੇ ਜਿਹੜਾ ਉਹ ਜੱਫੇ ਲਾਉਣੇ ਨੇ। ਕਮਲਜੀਤ ਸਿੰਘ ਬਰਾੜ ਕਾਂਗਰਸ ਦੇ ਯੂਥ ਲੀਡਰ, ਕੱਲ੍ਹ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਗਾ, ਪਰ ਅਸਲ ਦੇ ਵਿੱਚ ਅਸਲ ਵਜ੍ਹਾ ਕੀ ਰਹੀ? ਬਹੁਤ ਸਾਰੇ ਲੋਕ ਕਹਿ ਰਹੇ ਨੇ ਵੀ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਸਿੱਧਾ ਹੀ ਬੋਲ ਰਹੇ ਨੇ, ਪਾਰਟੀ ਲਾਈਨ ਤੋਂ ਬਾਹਰ ਜਾ ਰਹੇ ਨੇ, ਪਰ ਕੁਝ ਹੋਰ ਗੱਲਾਂ ਵੀ, ਉਹ ਹੋਰ ਗੱਲਾਂ ਕੀ ਨੇ ਉਹਦੇ ਬਾਰੇ ਖੁੱਲ੍ਹੀ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਕਮਲਜੀਤ ਸਿੰਘ ਬਰਾੜ। ਬਰਾੜ ਸਾਹਿਬ ਸਵਾਗਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਆ, ਪਾਰਟੀ ਕਹਿੰਦੀ ਵੀ ਪਾਰਟੀ ਦੇ ਖਿਲਾਫ਼ ਗਤੀਵਿਧੀਆਂ ਕਰਦੇ ਸੀ, ਪਰ ਸਾਡੇ ਕੋਲ ਰਿਪੋਰਟ ਇਹ ਆਈ ਹੈ ਵੀ ਰਾਜਾ ਬੜਿੰਗ ਦੇ ਖਿਲਾਫ਼ ਗਤੀਵਿਧੀਆਂ ਹੋ ਰਹੀਆਂ ਸੀ। ਪਾਰਟੀ ਸਾਡੀ ਕਾਂਗਰਸ ਆ, ਕਾਂਗਰਸ ਧਰਮ ਨਿਰਪੱਖ ਪਾਰਟੀ, ਸੈਕੂਲਰ ਜਮਾਤ ਆ, ਅਤੇ ਕਾਂਗਰਸ ਨੇ ਤਾਂ ਕਦੇ ਧਰਮ ਦੀ ਰਾਜਨੀਤੀ ਕੀਤੀ ਹੋਈ ਨਹੀਂ ਜੀ। ਨਿੱਜੀ ਤੌਰ 'ਤੇ ਕਿਸੇ ਨੂੰ ਚੁੱਭਦਾ ਹੋਵਾਂ ਤਾਂ ਵੱਖਰੀ ਗੱਲ ਆ, ਜਾਂ ਕਿਸੇ ਨੂੰ ਡਰ ਹੋਵੇ, ਵਹਿਮ ਹੋਵੇ ਕਿ ਸਾਡੇ ਤੋਂ ਇਹ ਕੁਚਲ ਕੇ ਦਰੜ ਕੇ ਅੱਗੇ ਲੰਘ ਜੂਗਾ, ਇਸ ਗੱਲ ਦਾ ਫਿਕਰ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਪਾਰਟੀ ਦੀ ਸਾਡੀ ਲਾਈਨ ਹੀ ਸੈਕੂਲਰ ਆ, ਧਰਮ ਨਿਰਪੱਖ ਪਾਰਟੀ ਆ, ਕਦੇ ਪਾਰਟੀ ਨੇ ਇਹ ਗੱਲ ਹੀ ਨਹੀਂ ਕੀਤੀ, ਸਭ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ। ਤੁਸੀਂ ਹੁਣ ਵੀ ਕਹਿੰਦੇ ਹੋ ਤੁਹਾਡੀ ਪਾਰਟੀ ਕਾਂਗਰਸ ਹੀ ਆ? ਹੁਣ ਮੈਂ ਤਾਂ ਕਾਂਗਰਸੀ ਜੰਮਿਆ, ਮੈਨੂੰ ਤਾਂ ਕਾਂਗਰਸੀ, ਮੈਂ ਕੀ ਕਹਿਣਾ, ਇਹ ਤਾਂ ਅਗਲਿਆਂ ਨੂੰ ਕਬੂਲ ਨਹੀਂ ਵੀ ਮੈਂ ਕਾਂਗਰਸ। ਇਹ ਇਹੋ ਜਿਹੇ ਪ੍ਰਧਾਨ ਬਹੁਤ ਆਏ ਆ, ਇਹ ਤਾਂ ਜੇ ਜਵਾਕ ਆ ਛੋਟਾ ਜਿਹਾ, ਇਹ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਛੋਟਾ ਭਾਂਡਾ ਭਰ ਜੇ ਤਾਂ ਉੱਛਲਣ ਲੱਗ ਜਾਂਦਾ, ਇਹਨੂੰ ਸਮੇਂ ਤੋਂ ਪਹਿਲਾਂ ਮਿਲ ਗਿਆ। ਦਵਾਉਣ ਵਾਲੇ ਕੌਣ? ਅਸੀਂ ਹੋਈ ਹਾਂ, ਮਿਹਨਤ ਤਾਂ ਅਸੀਂ ਉਹ ਕਰੀਏ ਤੇਰੀ ਖਾਤਰ, ਅਸੀਂ ਉਹ ਬੰਦੇ ਢੋਏ ਆ, ਦਿੱਲੀ ਦੱਖਣ ਤੱਕ ਅਸੀਂ ਤੇਰੇ ਨਾਲ ਰੈਲੀਆਂ 'ਚ ਜਾਂਦੇ ਰਹੇ, ਧਰਨਿਆਂ 'ਚ ਡਾਂਗਾਂ ਖਾਂਦੇ ਰਹੇ, ਧੱਕੇ ਵੀ ਮਾਰਦੇ ਰਹੇ, ਪੁਲਿਸ ਨੂੰ ਧੱਕੇ ਖਾਂਦੇ ਵੀ ਰਹੇ ਦਿੱਲੀ, ਇਹਨੂੰ ਵੀ ਪਤਾ ਹੈ। ਅਤੇ ਕਮਲਜੀਤ ਸਿੰਘ ਬਰਾੜ ਉਸ ਸਮੇਂ ਤੱਕ ਤਾਂ ਚੰਗਾ ਸੀ ਜਦੋਂ ਤੂੰ ਰੋਜ਼ ਫੋਨ ਕਰਦਾ ਸੀ ਬਠਿੰਡੇ ਇਲੈਕਸ਼ਨ ਵਾਸਤੇ, ਮਿੰਨਤਾਂ ਕਰਦਾ ਸੀ
कि आ जा वीर बन के, आ जा वीर बन के, आ जा। 7 दिन लगातार फोन करता रहा। फिर मैं सोचा यार कि विधानसभा की चोण लड़ते होंगे, अपने को फोन ही नहीं सुने जाते होंगे, करन का तो समय नहीं होंगे। सो ये बंदा 7 दिन हो गए लगातार मैंने मेरिया मेहनत कर रहा, मैंने जाना चाहिए। तो फिर मैं उदो बुटलाडे के पिंड 15 पिंड सब भी ये, तो उस तो पहला 2017 के इलैक्शन मैनू मेरी मेहनत करी ने कि मेरे पिंडा के सरदार दर्शन सिंह बराड़ 1993 जो मनप्रीत बादल ने पहली चोण लड़ी से MLA बनया से, कुछ पिंड ने आसा बुटर ये जिहड़े पिंडा के बराड़ साहब की ड्यूटी सी, वह पिंडा के लोग अज भी बराड़ साहब नाल मेरे पिता जी ने संपर्क रखते हैं, काम धंधे लेंदे। तो उदों भी इन्हें मेरी मेहनत तरला करके मैनू आपके 10 पिंड कढ़वाए। 2017 का इलैक्शन साड़ी आपकी चोण मुहिम चल रही थी, मैं उदों छड के गया। तो हुण कमलजीत क्यों रड़कण ते चुभण लग गया? पर बहुत लोग कहिंदे कमलजीत बराड़ नूं राजा वड़िंग तां चुभदा गा क्योंकि कमलजीत बराड़ की टिकट रद्द करवाती सी राजे वड़िंग। राजे वड़िंग ने यह भुलेखा लोगों, राजे वड़िंग ने 2017 च मेरिया मिन्नत करियां सी, 3 दिन लगातार मैनू फोन करता रहा कि तेरी टिकट ओके हो जाणी, तैनू टिकट दवानी आ, तू तैयारी कर ला, बापू नूं नहीं टिकट मिलनी। दूजे दिन फिर सेम फोन, तीजे दिन मैनू कहिंदा कि कागज़ तैयार कर ला, पेपर रेडी कर ला, तेरी टिकट ओके होगी। तो जदों मैं ये गल कही कि नहीं, मैं मेरे पिता जी चोण लड़नगे, क्योंकि देखो मैनू ये सीगा भी सियासत दे विच सियासदाना की पावर ना बड़ी सांझ जी हुंदी आ, तो मेरे बापू की 20 साल उम्र वध जूगी, अपने तो जो भागा च लिखे आपां नूं मिल ही जाणा। तो मैं इहनूं करारा जवाब दिता, मैं कहा फिर मैं ना टिकट छड्ड देणी है, इक्को ही हलका होऊ पंजाब का। रात को 11 बजे फोन आया, मेरे मूँह से बिठा के गल करा लियो जदों मर्जी, तो मैंने फोन 11 बजे करके कहता तेरी टिकट ओके होगी। मैं कहा मैं एक हलका हूँ पंजाब का 117 चो जिथे कांग्रेस की चोण तो बंदा चोण नहीं लड़ रहा होगा। मैनू फिर जो इन डर पै गया भी वाकई ये गल है, ये मैंने पता से कोई हमदर्दी नाल नहीं सी मेरी टिकट करा रहा, इनू यह वहम सीगा कि सरदार दर्शन सिंह बराड़ मालवे चो सीनियर ने, जे दर्शन सिंह बराड़ जितणगे तो मेरा मंत्री वाला पत्ता कट्टिया जाना, जे कमलजीत जितूगा तो कमलजीत पहली बार जितूगा, मैं दूजी बार जितूँ मैं मंत्री बन जूँगा, सनियोरिटी वाइज यदि यह चाल सी। तो पर मैनू यह कि मेरे बापू की उम्र वधे, वो चोण लड़े, वो MLA बने, वो मंत्री बने, ये बाद की गल है कि कैप्टन अमरिंदर सिंह ने दोनों नूं नहीं बनाया, ना राजे नूं बनाया ना आपां नूं बनाया। सो टिकट कट्टण की गल नहीं, टिकट तो मिन्नतां करता सी, टिकट तो दिंदा सी, मैं जवाब दिता। फिर होर की गल है, तुसीं सिक्खी दे बारे बोलदे हो तां गल, जिस दिन 15 अगस्त नूं 53 मार्च की गल हुई सी जी, कि 53 मार्च सारिया ने करना है भी, क्योंकि मोदी ने एक फैसला लिया सी कि सारे घरां ते तिरंगा लाओ, कांग्रेस पार्टी ने 15 अगस्त नूं 53 मार्च रखिया सी। तो मैं उस दिन केसरी निशान चक्या, उस दिन तो ही वैर विरोध शुरू हो गया भी तू ये गल क्यों की, मैंने दफ्तर बुलाया भी मिल के जा, मैं मिलया तो फिर मैंने समझाया तू इस तरह ना कर, तू आ क्यों करदा, तेरे हाथ च तिरंगा वेख के हिंदू वोट डर जूगी। मैं यार ये हिंदू वोट डरने वाली की गल है, बहुत सारे मैं मंदिर भी जाना, मैं मस्जिद भी जाना, मेरे बहुत मित्र ने हिंदू भी ने मुसलमान भी ने, तो ये डरन वाली कि गल कदे नहीं महसूस हो, और गुरुआ की धरती आ, इस धरती से यह धर्म वाले पत्ते नहीं चलने किसी के। सो मैं इनू बहुत तरीके समझाया, उस दिन तो शुरू हो गया काम। तो फिर चलती चलती गल, क्योंकि देखो जो जो थोड़ी रूह कहती है ना, जो थोड़ा मन कहता, जो थोड़ी आत्मा कहती है ना, वो करना चाहिए। तो मन हूँ की कहता? मेरा मन तो जोड़ा मैं पहले ही मेरा अंदरों भी मेरा मन यह है, धर्म देखो धर्म अगे आ, साढ़े गुरु साहबान ने समझाया सानू, 6वें पातशाह ने मीरी पीरी का सिद्धांत दस्या, 2 निशान साहब लाए आ मीरी ते पीरी दी प्रतीक, 2 तलवारां पहनिया ने, धर्म की गल, धर्म वाली जगह पर बैठ के राजनीति की गल ना करो, राजनीति की वाली जगह पर बैठ के धर्म की गल करो। गुरुआं दा राजनीति छड्डोगे हुण? राजनीति क्यों, किसी की जगीर है मैं छड्डूंगा? मैं किसी के करके थोड़ी राजनीति च आया, राजनीति कोई मेरा पेशा जां मेरी रोटी रोजी रोटी का साधन नहीं, इन्हां दा होऊगा जिन्हां नूं मैं चुभदा है। राजनीति मतलब ये जरूरी नहीं है कि राजनीति तुम किसी प्लेटफार्म से किसी पार्टी ने बह के करो, सेवा है, सेवा समझ के करी जाने, पहला भी करते आए हूँ भी करा, पहला कड़ा कोई मैं रुतबे लोगों की सेवा करता से। भाई अमृतपाल सिंह खड़ोंगे? खड़े ही हैं, वो धर्म की गल करता, खड़ा है करके तो चुभे हैं, खड़ा है करके ही तो सब कुछ होया ना, कि क्यों उधर नूं जांदा है की गल है। देखो साडी तस्वीर पंजाबियों की, साडी नौजवानों की तस्वीर है जिहड़ी साडी धरती है ना, ये गुरुआं की धरती है, ये योध्या की धरती है, गदरी बाबिया की धरती है, तस्वीर चो सिखी नूं मनफी कर ही नहीं सकते। इस तरीके इन्हें मैंने बहुत सारिया गल्लां, क्योंकि मैं चलो अज अगला सोचूगा कि क्यों ये मीडिया बोली जाता, बड़िया गल्लां इन्हें मैंने इस ये संदर्भ च कही, आपां परवाह नहीं की इन्हां गल्लां की, आपां ठोकर मार दे इन्हां गल्लां नूं, इधरों पाउंदे सी इधरों कढ दिंदे सी, जो मेरा मन करदा सी मैं उह करदा। रोकिया गया मैनूं तो झंडा क्यों चक्या केसरी, मैं केसरी करके तो मैं कहा तिरंगा मिलिया भाई, जे केसरी चक लिया तो एक भुचाल थोड़ी आ गया, केसरी निशान कोई एक किसी वैर विरोध का प्रतीक नहीं, केसरी निशान तो सांझीवालता का सुनेहा है,
ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਸਭੇ ਸਾਂਝੀ ਵਾਸਤਾਂ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਗੁਰੂ ਸਾਹਿਬਾਂ ਦਾ ਮਿਸ਼ਨ ਹੈ ਇਹ, ਅਸੀਂ ਉਸ ਮਿਸ਼ਨ ਨੂੰ ਲੈ ਕੇ ਚੱਲਦੇ ਹਾਂ, ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ, ਵੈਰ ਵਿਰੋਧ ਹੀ ਨਹੀਂ ਸਾਡਾ ਕਿਸੇ ਨਾਲ, ਜੇ ਤੁਸੀਂ ਰੱਖਣਾ ਰੱਖੀ ਚੱਲੋ, ਸਾਨੂੰ ਕੋਈ ਇਤਰਾਜ਼ ਨਹੀਂ। ਤੁਹਾਡੇ ਬਾਪੂ ਜੀ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਮੇਰਾ ਨਾਂ ਕਮਲ ਨੇ ਮਿੱਟੀ 'ਚ ਰੋਲਤਾ। ਇਹ ਤਾਂ ਬਾਪੂ ਜੀ ਜਵਾਤੀ ਆ ਥੋੜ੍ਹਾ ਜਿਹਾ, ਅਤੇ ਉਹਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਵੀ ਕਹਿੰਦੇ ਸੀ ਯਾਰ, ਕਹਿੰਦੇ ਨੇ ਜਮਾਂ ਹੀ ਨਹੀਂ ਸੋਚਿਆ ਵੀ ਮੈਂ ਸਾਰੀ ਜ਼ਿੰਦਗੀ ਕਾਂਗਰਸ ਦੇ ਲੇਖੇ ਲਾਤੀ, ਐਸੇ ਐਸੇ ਹਲਕਿਆਂ ਤੋਂ ਚੋਣ ਲੜੀ ਜਿਹੜੇ ਪੰਥਕ ਹਲਕੇ ਸੀ ਜੀ। ਮੈਂ ਤੁਹਾਨੂੰ ਦੱਸਦਾ ਵੀ 1984 ਦੇ ਵਿੱਚ ਜੋ ਕੁਛ ਹੋਇਆ ਹੈ, ਚਾਹੇ ਦਰਬਾਰ ਸਾਹਿਬ 'ਤੇ ਹਮਲਾ ਸੀ, ਚਾਹੇ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਕਹਿ ਸਕਦੇ ਹਾਂ ਕੀਤੀ ਹੈ, ਉਸ ਤੋਂ ਬਾਅਦ 1985 ਦਾ ਇਲੈਕਸ਼ਨ ਸਰਦਾਰ ਦਰਸ਼ਨ ਸਿੰਘ ਬਰਾੜ ਬਾਘੇ ਪੁਰਾਣੇ ਹਲਕੇ ਤੋਂ ਲੜਦੇ ਆ, ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦਾ ਨਗਰ ਆ। ਅਤੇ ਉਹ ਚਲੋ ਸਮਾਂ ਐਸਾ ਸੀ, ਹਾਲਾਤ ਐਸੇ ਸੀ, ਉਹ ਚੋਣ ਜਿੱਤਣੀ ਮੈਨੂੰ ਨਹੀਂ ਸੀ ਲੱਗਦਾ ਕਿ ਜਿੱਤ ਸਕਦੇ ਹਾਂ ਚੋਣ ਪੰਥਕ ਹਲਕੇ ਤੋਂ, ਪਰ ਉਸ ਜਗ੍ਹਾ ਤੋਂ ਚੋਣ ਲੜਨਾ, ਵੱਡੇ ਵੱਡੇ ਦਿੱਗਜ ਸਾਡੇ ਹਲਕੇ ਦੇ ਜਿਹੜੇ ਪਹਿਲਾਂ ਲੜਦੇ ਚੋਣਾਂ ਸਭ ਭੱਜ ਗਏ ਸੀ ਜੀ, ਛੱਡ ਕੇ ਮੈਦਾਨ, ਅਤੇ ਦਰਸ਼ਨ ਸਿੰਘ ਬਰਾੜ ਖੜ੍ਹਾ ਉਦੋਂ। ਉਸ ਤੋਂ ਬਾਅਦ 1992 'ਚ ਸਾਡੀ ਟਿਕਟ ਇੱਥੋਂ ਕੱਟੀ ਗਈ, ਇੱਥੋਂ ਉਹਨਾਂ ਨੂੰ ਲੱਗਿਆ ਕਿ ਇਹ ਜੀ ਅਸੀਂ ਜਿੱਤ ਜਾਵਾਂਗੇ, ਜਿਹੜਾ ਨੇ ਸਾਡੀ ਜਿਹਨਾਂ ਨੇ ਪਹਿਲਾਂ ਮੈਦਾਨ ਛੱਡਿਆ ਸੀ ਉਹਨਾਂ ਨੇ ਟਿਕਟ ਇੱਥੋਂ ਸੀਨੀਅਰ ਸੀ ਉਹ ਲੈ ਗਏ ਜੀ, ਸਰਦਾਰ ਦਰਸ਼ਨ ਸਿੰਘ ਬਰਾੜ ਜਗਰਾਓਂ ਤੋਂ ਬਣੇ MLA। ਸੋ ਅਸੀਂ ਇਹ ਗੱਲ ਇਹ ਇਹਨਾਂ ਨੂੰ ਇਹ ਹੈ ਵੀ ਪਿਤਾ ਜੀ ਨੂੰ ਇਸ ਕਰਕੇ ਚੁੱਭਦੀ ਹੈ ਕਿ ਮੈਂ ਸਾਰੀ ਜ਼ਿੰਦਗੀ ਕਾਂਗਰਸ ਨੂੰ ਖੜ੍ਹੀ ਕਰਨ ਲਈ, ਉਸ ਹਲਕੇ 'ਚ ਕਾਂਗਰਸ ਨੂੰ ਖੜ੍ਹੀ ਕਰਨ ਲਈ ਜ਼ੋਰ ਲਾਇਆ, ਜਿਸ ਹਲਕੇ 'ਚ ਕੋਈ ਕਾਂਗਰਸ ਦਾ ਨਾਂ ਲੈ ਕੇ ਰਾਜੀ ਨਹੀਂ ਸੀ। 1992 'ਚ ਜਿਸ ਕਾਂਗਰਸੀ ਨੂੰ ਟਿਕਟ ਮਿਲੀ ਸੀ, ਉਹ ਕਾਂਗਰਸੀ ਨੇ ਟਿਕਟ ਹੀ ਜਵਾਬ ਦਿੱਤਾ ਸੀ ਅਸੀਂ ਚੋਣ ਨਹੀਂ ਲੜਨੀ, ਉਹਦੇ ਪਰਿਵਾਰ ਨੇ, ਉਹਦੇ ਪੁੱਤਰ ਨੇ ਜਾ ਕੇ ਕਹਿਤਾ, ਸੰਤੋਖ ਸਿੰਘ ਅਲੀਗੜ੍ਹ ਸੀ, ਕਿ ਅਸੀਂ ਚੋਣ ਨਹੀਂ ਲੜਨੀ, ਅਤੇ ਉਹ ਟਿਕਟ ਸਰਦਾਰ ਦਰਸ਼ਨ ਸਿੰਘ ਬਰਾੜ ਦੇ ਝੋਲੀ ਪਾਤੀ ਕਿ ਤੂੰ ਲੜ। ਹੁਣ ਜਿਹੜਾ ਬੰਦਾ ਇੱਕ ਬੰਦਾ ਸਾਹਮਣੇ ਦੇਖ ਕੇ ਅੱਤਵਾਦ, ਜਾਂ ਉਹ ਸਮਾਂ ਦੇਖ ਕੇ ਆਪਦੀ ਟਿਕਟ ਛੱਡ ਜਾਵੇ, ਅਤੇ ਦੂਜਾ ਬੰਦਾ ਉੱਥੇ ਜਾ ਕੇ ਜਿਗਰਾ ਕਰਕੇ ਖੜ੍ਹੇ, ਅਤੇ ਫਿਰ ਉਹ ਪਾਰਟੀ ਨੂੰ ਸੋਚਣਾ ਚਾਹੀਦਾ। ਉਹ ਤਾਂ ਜਵਾਕ ਆ ਕੱਲ੍ਹ ਦਾ, ਇਹਨੂੰ ਕੀ ਪਤਾ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਰਕੇ ਸੀ ਬੜੇ ਇੱਥੇ, ਜਿਹੜੇ ਕਹਿੰਦੇ ਸੀ ਪੱਤਾ ਨਹੀਂ ਹਿਲਦਾ ਸਾਡੇ ਬਿਨਾਂ, ਉਹ ਕੈਪਟਨ ਅਮਰਿੰਦਰ ਸਿੰਘ ਕਰਕੇ ਕਿੱਥੇ ਲੱਭਦੇ ਅੱਜ, ਇਹਨੇ ਤਾਂ ਭਾਲਿਆ ਨਹੀਂ ਥਿਆਉਣਾ। ਥੋੜ੍ਹੇ ਦਿਨ ਰੁਕੋ ਤੁਸੀਂ, ਕੋਈ ਗੱਲ ਨਹੀਂ, ਇਹਨੂੰ ਲੋਕ ਇਹਨੂੰ ਇਹਦੀ ਅਸਲੀਅਤ ਦਿਖਾਉਣਗੇ, ਇਹਨੂੰ ਘਰੇ ਬਿਠਾਉਣਗੇ। ਅੱਜ ਗੱਲ ਕਰਦਾ ਨਾ ਕਿ ਸਿੱਖੀ ਤੋਂ ਨਫ਼ਰਤ ਕਰਦਾ, ਕਵੇ ਖੁੱਲ੍ਹ ਕੇ ਕਿ ਮੈਂ ਜਿਹੜਾ ਅੰਮ੍ਰਿਤਪਾਲ ਦੀ ਸਪੋਰਟ ਕਰਦਾ ਮੈਨੂੰ ਵੋਟ ਨਾ ਪਾਇਓ, ਹੈਗੀ ਜ਼ਰੂਰਤ ਇਹਦੇ 'ਚ ਕਹਿਣ ਦੀ। ਇਹ ਸਰਦਾਰ ਕਪੂਰ ਸਿੰਘ ਸੀਗੇ ਜਿਨ੍ਹਾਂ 'ਚ ਜਿਗਰਾ ਸੀ, ਜਿਨ੍ਹਾਂ ਨੇ ਸਟੇਜ ਤੋਂ ਸਮਰਾਲੇ ਦੀ ਆਪਦੀ ਚੋਣ ਦੇ ਵਿੱਚ ਕਹਿਤਾ ਸੀ ਕਿ ਜਿਹੜਾ ਬੰਦਾ ਤੰਬਾਕੂ ਜਾਂ ਨਸ਼ੇ ਦਾ ਸੇਵਨ ਕਰਦਾ ਮੈਨੂੰ ਵੋਟ ਨਾ ਪਾਇਓ। ਅੱਜ ਕਿਸੇ ਹੋਰ ਸਿਆਸੀ ਜਮਾਤ ਦੇ ਕਿਸੇ ਵੀ ਸਿਆਸੀ ਧਿਰ ਦੇ ਬੰਦੇ 'ਚ ਹਿੰਮਤ ਹੈ ਇਹ ਗੱਲ ਕਹਿਣ ਦੀ, ਜਾਂ ਇਹ ਰਾਜਾ ਵੜਿੰਗ ਕਹੇ ਨਾ, ਜੇ ਮੈਂ ਇਹਨੂੰ ਸਿੱਖੀ ਦੀ ਗੱਲ ਚੁੱਭਦੀ ਹੈ, ਇਹਨੂੰ ਜੇ ਕੇਸਰੀ ਨਿਸ਼ਾਨ ਚੁੱਭਦਾ, ਜਾਂ ਮੇਰਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜ੍ਹਨਾ ਚੁੱਭਦਾ ਹੈ, ਤਾਂ ਇਹ ਕਹੇ ਆਪਦੇ ਹਲਕੇ ਦੇ ਲੋਕਾਂ ਨੂੰ ਕਿ ਮੈਨੂੰ ਵੋਟ ਨਾ ਪਾਇਓ। ਜਿਹੜੇ ਬਾਘੇ ਪੁਰਾਣੇ ਦੇ ਮੌਜੂਦਾ ਵਿਧਾਇਕ ਨੇ ਸੁਖਾਨੰਦ ਸਾਹਿਬ, ਉਹ ਤੁਹਾਨੂੰ ਕਹਿ ਰਹੇ ਨੇ, ਉਹ ਕਹਿੰਦੇ ਵੀ ਜਿਹੜੀ ਕਿਰਲੀ ਹੁੰਦੀ ਆ ਰਾਤ ਨੂੰ ਭੁਮੱਕੜ ਖਾਂਦੀ ਆ, ਦਿਨੇ ਬਾਬੇ ਨਾਨਕ ਦੀ ਫੋਟੋ ਮੂਹਰੇ ਲੁਕ ਜਾਂਦੀ ਆ, ਸਿਆਸੀ ਗਰਾਊਂਡ ਤਲਾਸ਼ ਰਹੇ ਹੋ, ਧਰਮ ਦਾ ਮਖੌਟਾ ਪਾਇਆ ਕਮਲਜੀਤ ਸਿੰਘ ਬਰਾੜ ਨੇ। ਇਹ ਭਗਵੰਤ ਮਾਨ ਦੇ ਚੁਟਕਲੇ ਆ, ਉਹਨਾਂ ਦੀ ਉਹ ਕਾਪੀ ਕਰੀ ਜਾਂਦੇ ਆ, ਇਹ ਕੋਈ ਗੱਲ ਬਣਦੀ ਆ ਕਿ ਕਿਰਲੀ ਖਾਂਦੀ ਆ, ਫਲਾਣਾ ਕਰਦੀ ਆ, ਭਾਈ ਤੇਰੇ ਬਾਲ ਕੱਟੇ ਹੋਏ ਆ, ਤੂੰ ਪੱਗ ਬੰਨ ਕੇ ਮਖੌਟਾ ਤਾਂ ਤੇਰੇ ਪਾਇਆ ਹੋਇਆ, ਔਰ ਬਾਕੀ ਇਹੋ ਜਿਹੇ ਲੱਗੜੀ ਦੁਗੜੀ ਨੂੰ ਆਪਾਂ ਜਵਾਬ ਦੇ ਹੀ ਨਹੀਂ ਹੈਗੇ। ਇਹ ਅਸਲ ਜਿਹੜੇ ਜੇ ਦੇਖੋ, ਇਹ ਉਹ ਲਹਿਰ ਦੇ ਵਿੱਚ ਜਿੱਤੇ ਹੋਏ ਲੋਕ ਨੇ, ਭਰਮ ਭੁਲੇਖ ਜਿੱਤੇ ਹੋਏ ਲੋਕ ਨੇ। ਅੱਜ ਇਹਨਾਂ ਦੀ ਦੇਣ ਕੀ ਆ, ਇਹ ਆਪਦੇ ਗੱਲਾਂ ਆਪਦੇ ਕੰਮ ਦੀ ਗੱਲ ਕਰਨ, ਦੱਸਣ ਇਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਕਰਕੇ ਸੱਤਾ 'ਚ ਆਇਆ, ਬਿਜਲੀ ਦੀ ਗੱਲ ਕਰਕੇ ਆਏ, ਹਜ਼ਾਰ ਹਜ਼ਾਰ ਰੁਪਈਆ ਦੇਣ, ਉੱਥੇ ਕਿਉਂ ਨਹੀਂ ਗੱਲ ਕਰਦੇ, ਬੋਲਦੇ ਕਿਉਂ ਨਹੀਂ, ਗੱਲ ਕਰਨ ਇਹ ਪੰਜਾਬ ਨਾਲ ਖੜਨ, ਬੇਅਦਬੀ ਦੀ ਗੱਲ ਕਰੇ ਬੇਅਦਬੀ। ਮੈਂ ਹਿੱਕ ਡਾਹ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਰਿਹਾ, ਇਹਨਾਂ 'ਚੋਂ ਕਿਸੇ 192 ਬੰਦੇ ਆ, ਕਿਸੇ 'ਚੋਂ ਇੱਕ 'ਚ ਹਿੰਮਤ ਹੈਗੀ ਆ, ਲੈ ਇਹੀ ਕਵੇ ਸਾਡੇ ਵਾਲਾ MLA ਕਵੇ, ਕਹੇ ਗੱਲ ਇਹ ਆਪਦੇ ਫੇਸਬੁੱਕ 'ਤੇ ਪਾਵੇ ਕਿ ਇਨਸਾਫ ਦਿੱਤਾ ਜਾਵੇ ਬੇਅਦਬੀ ਦੇ ਦੋਸ਼ੀਆਂ ਦਾ, ਕਹੇ ਇਹ ਗੱਲ ਕਿ ਨਸ਼ਾ ਬੰਦ ਕਰਨ ਕਰਕੇ ਅਸੀਂ ਆਏ ਹਾਂ, ਵੀ ਅਸੀਂ ਕਹੇ 24 ਘੰਟੇ ਇਨਸਾਫ ਦੇਵਾਂਗੇ, 24 ਘੰਟਿਆਂ ਤੋਂ ਕਿੰਨੇ ਘੰਟੇ ਬੀਤ ਗਏ, ਕਿੰਨੇ ਮਹੀਨੇ ਲੰਘੇ ਸਰਕਾਰ ਬਣੀ ਨੂੰ, ਹੈਗੀ ਹਿੰਮਤ ਇਹਨਾਂ 'ਚ? ਇਹ ਐਵੇਂ ਆ ਛੋਟੀਆਂ ਗੱਲਾਂ ਕਰਨ ਵਾਲੇ, ਇਹਨਾਂ ਦਾ ਲੈਵਲ ਹੀ ਹੈ ਨਹੀਂ, ਇਹ ਤਾਂ ਦਾਅ ਲੱਗ ਗਏ ਇਹਨਾਂ ਦੇ, ਜਵਾਕ ਆ ਜਵਾਕਾਂ ਦੇ ਦਾਅ ਲੱਗੇ ਹੋਏ ਆ। ਤੁਸੀਂ ਪਿੰਡਾਂ 'ਚ ਜਾ ਕੇ ਪੁੱਛੋ, ਹੁਣ ਸਾਡੇ ਹਲਕੇ ਦੇ ਪਿੰਡਾਂ 'ਚ ਪੁੱਛੋ ਜਾ ਕੇ ਇਸ MLA ਦੀ ਕੀ ਪੋਜੀਸ਼ਨ ਆ, ਤੁਸੀਂ ਆ ਮਖੌਟੇ ਇਹਨਾਂ ਨੇ ਪਾਏ ਹੋਏ ਆ, ਪੱਗਾਂ ਬੰਨਦੇ ਹੋ ਤੁਸੀਂ ਸਿਰਫ ਇਸ ਕਰਕੇ ਕਿ ਲੋਕਾਂ ਨੂੰ ਅਸੀਂ ਦਿਖਾਈਏ ਵੀ ਅਸੀਂ ਸਰਦਾਰ ਹਾਂ, ਵਾਲ ਤੁਹਾਡੇ ਐਡੇ ਐਡੇ ਸਿਰ 'ਤੇ, ਐਡੂ ਵੱਡੇ ਵਾਲ ਵੀ ਨਹੀਂ ਰੱਖ ਸਕਦੇ। ਸੋ ਇਹੋ ਜਿਹੇ ਲੋਕਾਂ ਨੂੰ ਮੈਂ ਜਵਾਬ ਦੇ ਨਹੀਂ, ਨਾ ਇਹਨਾਂ ਲੋਕਾਂ ਦੀ ਪਰਵਾਹ ਕਰਦੇ ਹਾਂ। ਆਪਾਂ ਨੂੰ ਪਰਵਾਹ ਉਹ ਸੱਚੇ ਪਰਮਾਤਮਾ ਦੀ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਉਹ ਸੱਚੇ ਪਰਮਾਤਮਾ ਦੀ ਪਰਵਾਹ ਕਰਦੇ ਹਾਂ, ਇਹ ਲੱਕੜੀ ਦੁਕੜੀ ਦੀ ਆਪਾਂ ਪਰਵਾਹ ਹੀ ਨਹੀਂ ਕਰਦੇ। ਪਰ ਤੁਹਾਡੀ ਆਪਣੀ ਪਾਰਟੀ ਕਹਿ ਰਹੀ ਹੈ ਵੀ ਤੁਸੀਂ ਆਪਦਾ ਸਿਆਸੀ ਗਰਾਊਂਡ ਤਲਾਸ਼ ਰਹੇ ਹੋ। ਕਿਹੜੀ ਪਾਰਟੀ, ਕੌਣ ਕਹਿ ਰਿਹਾ? ਕਾਂਗਰਸ ਪਾਰਟੀ ਕਹਿ ਰਹੀ ਹੈ, ਬਹੁਤ ਸਾਰੇ ਲੀਡਰ ਕਹਿ ਰਹੇ ਨੇ ਵੀ ਤੁਹਾਨੂੰ ਆਪਣਾ ਭਵਿੱਖ ਨਹੀਂ ਨਜ਼ਰ ਆ ਰਿਹਾ, ਕਿਉਂਕਿ ਤੁਹਾਡੇ ਪਿਤਾ ਜੀ ਬੈਠੇ ਨੇ। ਜਿਹਦੀ ਡੋਰੀ ਜਿਵੇਂ ਕਹਿੰਦੇ ਹੁੰਦੇ ਆ ਵੀ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਜਾਂ ਕਹਿ ਸਕਦੇ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ, ਜਿਹਦੀ ਡੋਰੀ ਬਾਬੇ ਨਾਨਕ ਦੇ ਹੱਥ ਛੱਡੀ ਹੋਈ ਹੈ ਉਹਨੂੰ
ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਜਾਂ ਕੋਈ ਮੈਂ ਹੰਕਾਰ ਨਹੀਂ ਕਰ ਰਿਹਾ ਜੀ, ਮੈਂ ਸਿਰਫ ਇਹ ਗੱਲ ਕਹਿ ਰਿਹਾ ਕਿ ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਜੋ ਸੱਚ ਦੇ ਮਾਰਗ 'ਤੇ ਚੱਲਦੇ ਹੋ ਤਾਂ ਤੁਹਾਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ। ਮੈਨੂੰ ਤਾਂ ਪਤਾ ਹੀ ਨਹੀਂ ਸੀ, ਦੋ ਆਹ ਜਿਹੜੇ 5-7 ਘੰਟੇ ਲੰਘੇ ਆ, ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਵੀ ਮੈਂ ਮੇਰਾ ਸਿਸਟਮ ਕੀ ਆ ਜਾਂ ਮੇਰੀ ਜਾਣ ਪਛਾਣ ਕਿੰਨੀ ਕੁ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਮੈਂ ਤਾਂ ਇਸ ਗੱਲੋਂ ਧੰਨਵਾਦ ਵੀ ਕਰਦਾ ਹੈ ਰਾਜੇ ਵੜਿੰਗ ਦਾ ਵੀ ਮੈਨੂੰ ਇਹ ਤਾਂ ਦੱਸਤਾ ਉਹਨੇ ਵੀ ਮੇਰੇ ਨਾਲ ਲੋਕ ਕਿੰਨੇ ਖੜ੍ਹੇ ਆ ਅਤੇ ਕਿੰਨੇ ਲੋਕਾਂ ਦੇ ਮੈਨੂੰ ਇੱਥੋਂ ਮੁਲਕ 'ਚੋਂ ਬਾਹਰੋਂ ਫੋਨ ਆਈ ਜਾਂਦੇ ਆ ਕਿ ਯਾਰ ਤੇਰੇ ਨਾਲ ਖੜ੍ਹੇ ਹਾਂ, ਜਦੋਂ ਮਰਜ਼ੀ ਆਵਾਜ਼ ਮਾਰ ਲਈ, ਤੇਰੇ ਨਾਲ ਹੀ ਰਹਾਂਗੇ, ਕਿਤੇ ਨਹੀਂ। ਮਤਲਬ ਕਾਂਗਰਸੀ ਬੰਦੇ ਕਹਿ ਰਹੇ ਆ ਜਿਹੜੇ ਸ਼ੁਰੂ ਤੋਂ ਕਾਂਗਰਸੀ। ਤੁਹਾਨੂੰ ਵੜਿੰਗ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਕੇਸਰੀ ਨਿਸ਼ਾਨ ਚੱਕੋਗੇ ਹਿੰਦੂ ਵੋਟ ਬੈਂਕ ਟੁੱਟ ਜੂ। ਉਹ ਕਹਿੰਦਾ ਡਰਦਾ ਹਿੰਦੂ, ਕਹਿੰਦਾ ਜਦ ਤੁਸੀਂ ਕੇਸਰੀ ਨਿਸ਼ਾਨ ਚੱਕਦੇ ਹੋ ਨਾ ਤਾਂ ਹਿੰਦੂ ਡਰਦਾ ਹੈ, ਵੋਟ ਬੈਂਕ ਦੀ ਗੱਲ ਨਹੀਂ। ਇਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਧਰਮ ਦੇ ਨਾਲ ਇਸ ਗੱਲ ਦਾ ਸਿਆਸਤ ਦਾ ਕੀ ਸੰਬੰਧ ਹੋਇਆ। ਧਰਮ ਤਾਂ ਅੱਗੇ ਰੱਖਣਾ ਚਾਹੀਦਾ। ਮਰੇ ਤਾਂ ਅਸੀਂ ਤਾਂ ਹੈ ਵੀ ਜੇ ਧਰਮ ਨੂੰ ਅਸੀਂ ਅਣਗੌਲਿਆ ਕੀਤਾ, ਬਾਦਲਾਂ ਦਾ ਬੇੜਾ ਗਰਕ ਕਿਉਂ ਹੋਇਆ? ਉਹ ਆਪਦੀ ਅਕਾਲੀ ਦਲ ਦੀ ਸੋਚ ਜਾਂ ਆਈਡੀਓਲੋਜੀ ਤੋਂ ਪਾਸੇ ਹੋ ਗਏ, ਟਰੈਕ ਤੋਂ ਉੱਤਰ ਗਏ। ਇੱਕ ਯੋਧਿਆਂ ਦੀ ਪਾਰਟੀ, ਇੱਕ ਕੁਰਬਾਨੀਆਂ ਵਾਲਿਆਂ ਦੀ ਪਾਰਟੀ ਛਿੜਕ ਗਈ ਮਾਰਗ ਤੋਂ, ਤਾਂ ਫਿਰ ਉਹ ਉਹਨਾਂ ਦਾ ਬੇੜਾ ਹੀ ਇਸੇ ਕਰਕੇ ਗਰਕ। ਧਰਮ ਅੱਗੇ, ਰਾਜਨੀਤੀ ਪਿੱਛੇ ਪਿੱਛੇ। ਧਰਮ ਦੇ ਕੁੰਡੇ ਨੂੰ ਹੱਥ ਪਾ ਕੇ ਰਾਜਨੀਤੀ ਤੁਰੇ, ਜੇ ਰਾਜਨੀਤੀ ਦੇ ਕੁੰਡੇ ਨੂੰ ਹੱਥ ਪਾ ਕੇ ਧਰਮ ਤੁਰੂਗਾ, ਜਿਵੇਂ ਇਹਨਾਂ ਨੇ ਸ਼੍ਰੋਮਣੀ ਕਮੇਟੀ 'ਚ ਕੀਤਾ ਜਾਂ ਇਹਨਾਂ ਨੇ ਅਕਾਲੀ ਦਲ ਨੇ ਪੰਜਾਬ 'ਚ ਕੀਤਾ ਹੈ, ਵੋਟ ਬੈਂਕ ਦੀ ਖਾਤਰ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਆ, ਉਹਦੀ ਫਿਲਮ ਲਵਾਈ ਆ, ਪੋਸਟਰਾਂ ਦੀ ਰਾਖੀ ਕੀਤੀ ਆ, ਇਹ ਸਭ ਕੁਛ ਕੀਤਾ ਅਤੇ ਉਹਦਾ ਹਸ਼ਰ ਕੀ ਹੋਇਆ? ਬਰਾੜ ਸਾਹਿਬ, ਕੱਲ੍ਹ ਨੂੰ ਇਹ ਨਾ ਬ੍ਰੇਕਿੰਗ ਨਿਊਜ਼ ਬਣ ਜਾਏ ਵੀ ਭਾਜਪਾ ਨੇ ਚੱਕਿਆ ਵਾ ਸੀ ਤੁਹਾਨੂੰ। ਕਿਹਨੂੰ? ਤੁਹਾਨੂੰ। ਉਹ ਯਾਰ ਬਾਈ, ਕਮਾਲ ਕਰਨਾ, ਭਾਜਪਾ ਦੇ ਖਿਲਾਫ਼ ਜਿੰਨਾ ਕਮਲਜੀਤ ਸਿੰਘ ਬਰਾੜ ਬੋਲਦਾ ਹੈ ਨਾ, ਰਾਜਾ ਵੜਿੰਗ ਵੀ ਨਹੀਂ ਬੋਲਦਾ, ਕੋਈ ਹੋਰ ਵੀ ਨਹੀਂ ਬੋਲਦਾ ਪ੍ਰਧਾਨ, ਆਪਾਂ ਨੂੰ ਪਤਾ ਹੈ। ਮੈਂ ਤੈਨੂੰ ਅੱਗੇ ਦੱਸਿਆ ਵੀਰ ਮੇਰਿਆ, ਮੈਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੋਈ ਕੀ ਕਹਿੰਦਾ ਕਿਹਨੂੰ ਚੱਕ ਲਏ। ਭਾਜਪਾ, ਆਮ ਆਦਮੀ ਪਾਰਟੀ, ਇਹਦੇ ਖਿਲਾਫ਼ ਬੋਲਣ ਦਾ, ਇਹਦੇ ਖਿਲਾਫ਼ ਇਹਨਾਂ ਨੂੰ ਨੰਗੇ ਕਰਨ ਦਾ ਸਾਡਾ ਕੰਮ ਆ, ਜਿਸ ਕਰਕੇ ਪ੍ਰਧਾਨ ਨੂੰ ਤਕਲੀਫ਼ ਹੋਈ ਆ। ਸਰਦਾਰ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਅਤੇ ਹੋਰ ਸਾਡੇ ਜਿਹੜੇ ਸਿਆਸੀ ਆਗੂ ਨੇ, ਉਹ ਬੋਲਦੇ ਆ ਆਮ ਆਦਮੀ ਪਾਰਟੀ ਦੇ ਪੋਤੜੇ ਫਰੋਲਦੇ ਆ, ਉਹ ਸੱਚ ਦੀ ਗੱਲ ਕਰਦੇ, ਲੋਕਾਂ ਦੀ ਗੱਲ ਕਰਦੇ। ਇਹ ਕਿਉਂ ਨਹੀਂ ਕਰਦਾ ਲੋਕਾਂ ਦੀ ਗੱਲ? ਇਹ ਕਿਉਂ ਨਹੀਂ ਸੱਚ ਦੀ ਗੱਲ ਕਰਦਾ? ਇਹ ਕਿਉਂ ਨਹੀਂ ਭਗਵੰਤ ਮਾਨ ਦੇ, ਇਹ ਸਭ ਤੋਂ ਪਹਿਲਾ ਲੀਡਰ ਕਾਂਗਰਸ, ਉਹ ਤਾਂ ਪ੍ਰਧਾਨ ਨਹੀਂ ਸੀ ਇਹ, ਸਭ ਤੋਂ ਪਹਿਲਾ ਲੀਡਰ ਕਾਂਗਰਸ ਪਾਰਟੀ ਦਾ ਇਹੀ ਹੋਇਆ ਹੈ ਜਦੋਂ ਸਰਕਾਰ ਬਣਦੀ ਭਗਵੰਤ ਮਾਨ। ਤੇਰੀ ਕੀ ਜ਼ਿੰਮੇਵਾਰੀ? ਤੂੰ ਇੱਕ MLA ਆ, ਤੇਰਾ ਕੀ ਮਤਲਬ ਬਣਦਾ ਉਹਦੇ ਘਰ ਜਾ ਕੇ ਵਧਾਈਆਂ ਦੇਣ ਦਾ? ਮਿਹਨਤੀ ਕਰਕੇ ਆਇਆ ਤੂੰ, ਤਰਲਾ ਕਰਕੇ ਆਇਆ। ਉਹਦਾ ਜੀ ਕਹਿਣਾ ਚਾਹੁੰਦੇ ਹੋ ਵੀ ਭਗਵੰਤ ਸਿੰਘ ਮਾਨ ਨਾਲ ਰਾਜੇ ਵੜਿੰਗ ਦੀ ਸੈਟਿੰਗ ਹੈ? ਪੂਰੀ ਫੁੱਲ। ਮੈਂ ਭਗਵੰਤ ਮਾਨ ਨੂੰ ਚੈਲੰਜ ਕਰਦਾ, ਭਗਵੰਤ ਮਾਨ ਨਾਲ ਤੂੰ ਪਹਿਲੇ ਦਿਨ ਵਿਧਾਨ ਸਭਾ 'ਚ ਇਹ ਗੱਲ ਕਹੀ ਸੀ, ਪਹਿਲੇ ਸੈਸ਼ਨ 'ਚ ਤੈਨੂੰ ਚੈਲੰਜ ਆ, ਇਹ ਤੇਰੀ ਸ਼ਖਸੀਅਤ ਦੇ ਉੱਤੇ ਇਹ ਚੋਟ ਆ। ਤੂੰ ਕਹਿੰਦਾ ਸੀ ਨਾ ਅਸੀਂ ਕਰਪਸ਼ਨ 'ਤੇ ਜ਼ੀਰੋ ਟੋਲਰੈਂਸ ਕਰਦੇ ਹਾਂ, ਚੱਲ ਤੁਸੀਂ ਤੁਹਾਡੇ ਬੇਸ਼ੱਕ ਦੋ ਆਮ ਆਦਮੀ ਪਾਰਟੀ ਦੇ ਦੋ ਮੰਤਰੀ ਬਰਖਾਸਤ ਆ, ਇੱਕ ਜੇਲ੍ਹ 'ਚ ਬੈਠਾ ਹੈ, ਦੋਨੇ ਸਿਹਤ ਮੰਤਰੀ ਆ, ਅਤੇ ਇੱਕ ਫੌਜਾ ਸਿੰਘ ਸਰਾਰੀ ਦੀ ਆਡੀਓ ਆਈ, ਤੁਸੀਂ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਪਰ ਮੈਂ ਕਹਿੰਦਾ ਇਹਦੀ ਜਿਹੜੀ ਤੂੰ 8 ਲੱਖ ਦੀ ਗੱਲ ਕੀਤੀ ਸੀ ਨਾ ਵੀ ਇੱਕ ਬੱਸ 'ਚੋਂ ਰਾਜੇ ਵੜਿੰਗ ਨੇ 8 ਲੱਖ ਖਾਧਾ ਹੈ, ਉਹਦੀ ਕਰਾ ਜਾਂਚ, ਕਿਉਂ ਨਹੀਂ ਕਰਾਉਂਦਾ ਜਾਂਚ? ਮੈਂ ਇਹ ਵੀ ਕਹੂੰਗਾ ਕਿ ਸਿੱਧੂ ਮੂਸੇਵਾਲਾ ਸਾਡਾ ਵੀਰ ਦੁਨੀਆ ਤੋਂ ਰੁਖਸਤ ਹੋ ਗਿਆ, ਕੌਣ ਲੋਕ ਨੇ ਉਹ ਜਿਹੜੇ ਉਹਨੂੰ ਸੱਤਾ 'ਚ ਲੈ ਕੇ ਆਏ ਸੀ, ਕੌਣ ਲੋਕ ਨੇ ਉਹ ਜਿਨ੍ਹਾਂ ਨੇ ਹਾਈ ਕਮਾਂਡ ਦੇ ਨਾਂ 'ਤੇ ਟਿਕਟ ਦਵਾਉਣ ਵਾਸਤੇ ਉਹ ਤੋਂ ਪੈਸੇ ਖਾਧੇ? ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਸਿੱਧੂ ਮੂਸੇਵਾਲਾ ਦਾ ਉਹਦੇ ਘਰ ਬੈਠ ਕੇ ਉਹਦੇ ਬਾਪ 'ਤੇ ਪ੍ਰੈਸ਼ਰ ਪਾ ਕੇ ਸੰਸਕਾਰ ਕਰਾਇਆ? ਅੰਤਮ ਸੰਸਕਾਰ ਨਾ ਕੀਤਾ ਹੁੰਦਾ ਉਹਦਾ, ਉਹਦਾ ਸਰੀਰ ਰੱਖਿਆ ਹੁੰਦਾ, ਉਹਦੀ ਲਾਸ਼ ਰੱਖੀ ਹੁੰਦੀ, ਅਤੇ ਕਿਵੇਂ ਨਾ ਗੈਂਗਸਟਰ ਫੜੇ ਜਾਂਦੇ, ਕਿਵੇਂ ਉਹਨੂੰ ਮਾਰਨ ਵਾਲੇ ਸ਼ੂਟਰ ਭੱਜ ਜਾਂਦੇ? ਤੁਸੀਂ ਇਹ ਕਹਿਣਾ ਚਾਹੁੰਦੇ ਸਿੱਧੂ ਮੂਸੇਵਾਲੇ ਤੋਂ ਪੈਸੇ ਲਏ ਸੀ ਪਾਰਟੀ ਨੇ? ਪਾਰਟੀ ਨੇ ਨਹੀਂ ਲਏ, ਵਿਅਕਤੀ ਨੇ ਲਏ ਆ, ਕਾਂਗਰਸ ਨੇ। ਨਾਮ ਲੈ ਕੇ ਦੱਸ। ਆਹੀ ਆ ਜਿਹੜਾ ਰੌਲਾ ਪਾ ਰਿਹਾ ਅੱਜ, ਜਿਹਦੇ ਹੰਕਾਰ ਦਿਮਾਗ ਨੂੰ ਚੜਿਆ ਹੈ, ਜਿਹੜਾ ਕਾਂਗਰਸ ਦੇ ਖਾਤਮੇ ਦਾ ਮੁੱਢ ਬੰਨ ਰਿਹਾ ਹੈ, ਰੋਜ਼ ਨਵੇਂ ਬੰਦਿਆਂ ਨੂੰ ਕਾਂਗਰਸ 'ਚੋਂ ਕੱਢੀ ਆ। ਤੇਰੇ ਪਿਓ ਦੀ ਕਾਂਗਰਸ ਆ, ਤੂੰ ਤਾਂ ਜਵਾਕ ਸੀ ਕਾਕਾ, ਇਹਦਾ 76 ਦਾ ਜਨਮ ਆ, ਇਹ 9 ਸਾਲ ਦਾ ਜਦੋਂ ਮੇਰੇ ਪਿਤਾ ਨੇ ਵਰਦੀਆਂ ਗੋਲੀਆਂ ਚੋਣ ਲੜੀ ਆ, ਇਹਨੂੰ ਨੱਕ ਵੀ ਨਹੀਂ ਸਾਫ਼ ਕਰਨਾ ਆਉਂਦਾ ਹੋਣਾ ਉਸ ਵੇਲੇ, ਜਿਹੜੇ ਵੇਲੇ ਮੇਰੇ ਬਾਪ ਨੇ ਕਾਂਗਰਸ ਦੀ ਝੰਡਾ ਚੱਕਿਆ ਸੀਗਾ। 78 'ਚ ਮੇਰੇ ਪਿਤਾ ਜੀ ਕਾਂਗਰਸ ਦੇ ਪ੍ਰਧਾਨ ਬਣਦੇ ਆ, ਯੂਥ ਕਾਂਗਰਸ ਦੇ ਫਰੀਦਕੋਟ ਜ਼ਿਲ੍ਹੇ ਦੇ, ਉਸ ਤੋਂ ਬਾਅਦ 3 ਜ਼ਿਲ੍ਹੇ ਬਣਦੇ ਆ ਉਹਦੇ, 78 ਦਾ ਇਹਦਾ ਜਨਮ ਆ, ਤੂੰ ਸਾਨੂੰ ਦੱਸੇਗਾ ਅਸੀਂ ਕਾਂਗਰਸੀਆਂ ਸੀ ਕੌਣ? ਤੁਸੀਂ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ, ਤੁਹਾਡੇ ਕੋਲ ਸਬੂਤ ਹੈ ਵੀ ਸਿੱਧੂ ਮੂਸੇਵਾਲੇ ਤੋਂ ਕਿੰਨੇ ਪੈਸੇ ਲਏ? ਜਿਹੜੇ ਬੰਦੇ ਸਿੱਧੂ ਮੂਸੇਵਾਲੇ ਦੇ ਨਾਲ ਰਹਿੰਦੇ ਆ ਨਾ, ਮੇਰੀ ਜਿਹੜੀ ਯੂਥ ਕਾਂਗਰਸ ਦੀ, ਮੇਰੇ ਜਿਹੜੇ ਯੂਥ ਦੇ ਭਰਾ ਹੈ, ਨੌਜਵਾਨ ਨੇ ਮਾਨਸਾ ਜ਼ਿਲ੍ਹੇ ਦੇ, ਇਹ ਇਕੱਲੇ ਇਕੱਲੇ ਨੂੰ ਪਤਾ ਹੈ। ਤੁਸੀਂ ਹੁਣ ਉਹਦੇ ਪਿੰਡ ਚਲੇ ਜਾਓ, ਤੁਸੀਂ ਮਾਨਸਾ ਜਾ ਕੇ ਖੜ੍ਹ ਕੇ ਗੱਲ ਕਰੋ, ਇਕੱਲੇ ਇਕੱਲੇ ਬੱਚੇ ਬੱਚੇ ਨੂੰ ਪਤਾ ਹੈ। ਅਤੇ ਐਂ ਦੱਸੋ ਵੀ ਸਿੱਧੂ ਮੂਸੇਵਾਲਾ ਇਕੱਲਾ ਅਲੱਗ ਥਲੱਗ ਕਿਉਂ ਪੈ ਗਿਆ ਸੀ? ਕਿਉਂ ਉਹਨੂੰ ਇਹ ਗੱਲ ਕਹਿਣ ਦੀ ਲੋੜ ਪਈ ਕਿ ਬਾਪੂ ਮੈਂ ਤਾਂ ਤੈਨੂੰ ਉਡੀਕਦਾ ਫੋਨ 'ਤੇ? ਕਿਉਂ ਉਹਨੂੰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਖੜ੍ਹਨਾ ਪਿਆ? ਕਾਂਗਰਸ ਨੇ ਉਹਨੂੰ ਟਿਕਟ ਦਿੱਤੀ ਸੀ, ਇਹੀ ਬੰਦਾ ਉਹਦੀ ਵਜ੍ਹਾ ਹੈ। ਇਸ ਬੰਦੇ ਦੀ ਵਜ੍ਹਾ ਕਰਕੇ, ਇਹਦੀ ਵਜ੍ਹਾ ਕਰਕੇ ਅੰਤਮ ਸੰਸਕਾਰ ਹੋਇਆ। ਇਹਨੇ ਇਹ ਘਰ ਬੈਠਾ ਰਿਹਾ 3 ਦਿਨ, ਅੰਤਮ ਸੰਸਕਾਰ ਕਰਾ ਕੇ ਨਿਕਲਿਆ।
ਪਰ ਅਸੀਂ ਅੱਜ ਵੀ ਉਹਦੇ ਮਾਂ ਬਾਪ ਦੀਆਂ ਵੀਡੀਓ ਦੇਖਦੇ ਆ, ਲੰਡਨ ਗਏ ਆ ਵਿਚਾਰੇ, ਇੰਗਲੈਂਡ 'ਚ ਬੈਠੇ, ਉਹਨਾਂ ਦੀ ਵੀਡੀਓ ਦੇਖ ਕੇ ਸਾਡੀਆਂ ਅੱਖਾਂ ਭਰਿਆ ਹੁੰਦੀਆਂ ਯਾਰ, ਕਿਵੇਂ ਤਰਲੇ ਕਰਦੇ ਫਿਰਦੇ ਇਨਸਾਫ ਵਾਸਤੇ, ਆਪਦੇ ਪੁੱਤ ਦੀ ਮੌਤ ਦਾ ਇਨਸਾਫ ਲੈਣ ਲਈ। ਇਸ ਬੰਦਾ ਦੱਸੇ ਕਿੱਦੇ ਨੇ ਮੋਰਚਾ ਵੱਢਿਆ, ਇਹਨੇ ਮੋਰਚਾ ਵੱਢਿਆ ਤਾਂ ਸਾਡੇ ਜਿਹੜੇ ਕਰਪਸ਼ਨ ਦੇ ਵਿੱਚ ਫਸੇ ਹੋਏ ਮੰਤਰੀ ਆ ਯਾਰ, ਜੇ ਉਹ ਕਰਪਟ ਬੰਦੇ, ਜੇ ਉਹ ਸੱਚੇ ਆ, ਸਾਫ਼ ਸੁਥਰੇ ਆ, ਤਾਂ ਉਹ ਬਰੀ ਹੋ ਕੇ ਆ ਜਾਣਗੇ ਅਦਾਲਤ 'ਚੋਂ, ਪਰੂਫ ਹੋਣਗੇ ਤਾਂ। ਜੇ ਉਹਨਾਂ ਦੇ ਖਿਲਾਫ਼ ਸਬੂਤ ਆ, ਫਿਰ ਤੂੰ ਕਿਵੇਂ ਬਚਾ ਲੇਂਗਾ ਉਹਨਾਂ ਨੂੰ? ਇਹ ਕੰਮ ਤਾਂ ਨਹੀਂ ਸਾਡਾ, ਸਾਡਾ ਇੱਕ ਭਰਾ ਮਰ ਗਿਆ, ਸਾਡੀ ਪਾਰਟੀ ਦਾ ਉਮੀਦਵਾਰ ਸੀ, ਚੋਣ ਲੜੀ ਸੀ ਉਹਨੇ। ਮੈਨੂੰ ਦੱਸ ਦੇਵੇ ਇਹ ਕਿ 6 ਮਹੀਨੇ ਹੋਣ ਵਾਲੇ ਉਹਦੇ ਕਤਲ ਹੋਏ ਨੂੰ, ਕਿੱਥੇ ਇਹਨੇ ਡੇਰਾ ਲਾ ਕੇ ਬੈਠਾ ਵੀ ਮੈਂ ਉਹਦੀ ਖਾਤਰ ਜ਼ੋਰ ਲਾਵਾਂ? ਉਹ ਤਾਂ ਇਹਨੂੰ ਬਰਦਾਸ਼ਤ ਹੀ ਨਹੀਂ ਕਰਦੇ, ਇਹਨੂੰ ਚੰਗੇ ਨਹੀਂ ਸਮਝਦੇ। ਕੱਲ੍ਹ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨਾ ਇਹ ਕਹਿ ਦੇਣ ਵੀ ਕਮਲ ਝੂਠ ਬੋਲਦੇ ਨੇ, ਮੈਨੂੰ ਕੋਈ ਇਸ ਗੱਲ ਨਾਲ ਫਰਕ ਨਹੀਂ ਪੈਂਦਾ, ਉਹ ਕਹਿ ਦੇਣ ਉਹ ਬੜੇ ਸ਼ਰੀਫ ਅਤੇ ਨੇਕ ਇਨਸਾਨ ਨੇ, ਅਤੇ ਸਾਥੋਂ ਤਾਂ ਉਹਨਾਂ ਦੀ ਉਹ ਜਿਸ ਬੰਦੇ ਨੇ ਪੂਰੀ ਦੁਨੀਆ ਦੇ ਵਿੱਚ ਬਾਹਰਲੇ ਮੁਲਕਾਂ ਜੰਮੇ ਹੋਏ ਪੰਜਾਬੀ ਪੁੱਤਾਂ ਦੇ ਸਿਰਾਂ 'ਤੇ ਦਸਤਾਰਾਂ ਬੰਨ੍ਹਣ ਲਾਤੇ, ਅਤੇ ਉਸ ਬੰਦੇ ਦਾ ਕਤਲ ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਇਹ ਬਹੁਤ ਸਾਡੇ ਮੱਥੇ ਦੇ ਕਲੰਕ ਆ। ਤੁਸੀਂ ਦੇਖੇ ਹੋਣੇ ਪਾਕਿਸਤਾਨ ਦੇ ਲੋਕਾਂ ਦੇ ਵੀਡੀਓ, ਪਾਕਿਸਤਾਨ ਦੇ ਲੋਕ ਕਿਵੇਂ ਪਿਆਰ ਕਰਦੇ, ਉਹ ਕਹਿੰਦੇ ਆ ਕਿ ਲਾਹਣ ਤਾਂ ਪੰਜਾਬ ਵਾਲੇ ਤੁਹਾਡੇ 'ਤੇ, ਉਹ ਬੰਦੇ ਕਤਲ ਕਰਕੇ ਭੱਜ ਕਿਵੇਂ ਗਏ ਪੰਜਾਬ 'ਚੋਂ? ਮਤਲਬ ਲੋਕ ਤਾਂ ਇੱਥੋਂ ਤੱਕ ਪਿਆਰ ਕਰਦੇ ਸੀ, ਜਿਹੜੇ ਦੇਸ਼ ਨੂੰ ਅਸੀਂ ਦੁਸ਼ਮਣ ਦੇਸ਼ ਸਮਝਦੇ ਹਾਂ, ਉੱਥੋਂ ਦੇ ਬਛਿੰਦੇ ਇਹ ਚਾਹੁੰਦੇ ਸੀ ਕਿ ਉਹਦਾ ਕਾਤਲ ਫੜੇ ਜਾਣ, ਉਹਨਾਂ ਨੂੰ ਦੁੱਖ ਹੋਇਆ, ਇਹਨੂੰ ਕਿਉਂ ਨਹੀਂ ਦੁੱਖ ਹੋਇਆ? ਇਹ ਤਾਂ ਉਵੇਂ ਦੰਦ ਲਾਉਂਦਾ ਫਿਰਦਾ ਹੈ, ਇਹ ਤਾਂ ਲੈ ਕੇ ਆਏ ਸੱਤਾ 'ਚੋਂ ਉਹਨੂੰ, ਇਹ ਤਾਂ ਇਹ ਮੌਜ ਲੱਗ ਗਈ ਵੀ ਮੇਰੇ ਪੈਸੇ ਬਚ ਗਏ। ਇਹਨੇ ਪਰ ਉਹਨੂੰ ਰੱਖਿਆ ਸੀ ਆਪਦੇ ਗਿੱਦੜ ਬਾਏ ਜੀ, ਪੋਸਟਰ ਲਾਏ ਸੀ ਸਿੱਧੂ ਮੂਸੇਵਾਲੇ ਦੇ, ਕਿਉਂ ਨਹੀਂ ਗਿਆ ਸਿੱਧੂ ਮੂਸੇਵਾਲਾ ਉੱਥੇ? ਇਹ ਗੱਲਾਂ ਜਵਾਬ ਨਹੀਂ ਮੰਗਦੀਆਂ, ਕਿਉਂ ਪਿੱਛੇ ਹਟਿਆ ਦੇ ਤੂੰ, ਕਾਰਨ ਕੀ ਸੀ? ਸੋ ਇਹ ਉਹਨੂੰ ਪਤਾ ਲੱਗ ਗਿਆ ਸੀ। ਪੈਸੇ ਵੀ ਦੱਸ ਦਿਓ ਕਿੰਨੇ ਲਏ, ਲੋਕਾਂ ਨੂੰ ਪਤਾ ਲੱਗ ਜੇ। ਤੁਸੀਂ ਜਾਓਗੇ ਨਾ ਮਾਨਸਾ ਤਾਂ ਤੁਹਾਨੂੰ ਲੱਗ ਜੂ ਪਤਾ, 4 ਕਰੋੜ 10 ਕਰੋੜ ਅਲੱਗ ਅਲੱਗ ਆਵਾਜ਼ਾਂ ਹੈ। ਦੇਖੋ ਤੁਸੀਂ ਨਿਕਲਣ ਵਾਲੀ ਗੱਲ, ਮੈਂ ਭਗਵੰਤਮਾਨ ਨੂੰ ਚੈਲੇਂਜ ਕਰਦਾ, ਕਰਾਵੇ ਜਾਂਚ ਉਸ ਗੱਲ ਦੀ, ਕਰਾਵੇ ਬੱਸਾਂ ਵਾਲੀ ਭਗਵੰਤਮਾਨ ਜਾਂਚ, ਕਿਉਂ ਚੁੱਪ ਕਰ ਗਿਆ? ਵੱਡਾ ਇਮਾਨਦਾਰ ਬਣਦਾ, ਮੇਰਾ ਮਿੱਤਰ ਆ ਭਗਵੰਤਮਾਨ, ਲੰਬਾ ਸਮਾਂ ਅਸੀਂ ਇਕੱਠੇ ਰਹੇ ਹਾਂ, ਮੈਂ ਤਾਂ ਉਹਨੂੰ ਫੋਨ ਕਰਕੇ ਵਧਾਈ ਵੀ ਨਹੀਂ ਦਿੱਤੀ, ਮੈਂ ਤਾਂ ਉਹਨੂੰ ਮਿਲਣ ਵੀ ਨਹੀਂ ਗਿਆ। ਇਹਦੇ ਨਾਲ ਕੀ ਉਹਦਾ ਹੇਤ ਜਾਗਿਆ ਨੂੰ ਜਾ ਕੇ ਮਿਲਿਆ ਹੈ, ਅਤੇ ਉਸ ਤੋਂ ਬਾਅਦ ਜਿੱਦਾਂ ਉਹਨੇ ਠੋਕਿਆ ਇਹਨੂੰ ਪਹਿਲੇ ਦਿਨ ਹੀ, ਯਾਰ ਇਸ ਬੰਦੇ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਨਹੀਂ ਪਤਾ? ਲੈ ਦੱਸੋ, ਅਸੀਂ ਸ਼ਹੀਦ ਭਗਤ ਸਿੰਘ ਨੂੰ ਸਾਡੇ ਬੱਚੇ ਰੋਲ ਮਾਡਲ ਮੰਨਦੇ ਆ, ਇਹਨੂੰ ਉਹਦਾ ਜਨਮ ਦਿਹਾੜਾ ਨਹੀਂ ਸੀ ਪਤਾ? ਜਿੱਦੇ ਉਹਨੇ ਇਹਨੂੰ ਖਿਲਾਰਿਆ ਵਿਧਾਨ ਸਭਾ ਦੇ ਵਿੱਚ, ਜਿੱਦੇ ਇਹਨੇ ਹੇਠੀ ਕਰਾਈ ਹੈ ਸਾਰੀ ਕਾਂਗਰਸ ਦੀ, ਅਤੇ ਉਸ ਤੋਂ ਬਾਅਦ ਇਹ ਬੋਲਿਆ, ਉਹਨੇ ਇੱਕ ਗੱਲ ਕਹੀ ਸੀ ਕਿ ਬੱਸਾਂ ਦੀ ਗੱਲ ਚੱਲਦੀ ਆ ਜੀ ਜਾਂਚ ਦੀ, ਤੁਸੀਂ ਬਾਡੀਆਂ ਰਾਜਸਥਾਨ ਤੋਂ ਲਵਾਈਆਂ ਨਾ, ਤਾਂ ਉਸ ਤੋਂ ਬਾਅਦ ਭਗਵੰਤ ਮਾਨ ਨੇ ਇਹ ਗੱਲ ਕੀਤੀ ਆ, ਅਤੇ ਨਾ ਉਦੋਂ ਬਾਅਦ ਇਹ ਭਗਵੰਤ ਮਾਨ ਦੇ ਖਿਲਾਫ਼ ਬੋਲਿਆ, ਨਾ ਇਹ ਭਾਜਪਾ 'ਚ ਜਾਣਾ ਇਹਨੇ, ਕਾਂਗਰਸ ਨੂੰ ਖਤਮ ਕਰਕੇ ਜਾਣਾ, ਇਹ ਮੇਰੀ ਗੱਲ ਨੋਟ ਕਰ ਲਓ, ਇਹ ਭਾਜਪਾ ਦਾ ਹੱਥ ਠੋਕਾ ਬਣ ਕੇ ਜਿਹੜੀ ਗੱਲ ਭਾਜਪਾ ਦੀ ਆ, ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਕਰਨੀ ਬਣਦੀ ਆ, ਉਹ ਇਹ ਗੱਲਾਂ ਕਰ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਭਾਜਪਾ ਬੋਲੇ ਸਾਨੂੰ ਦੁੱਖ ਨਹੀਂ, ਉਹਦੇ ਖਿਲਾਫ਼ ਆਮ ਆਦਮੀ ਪਾਰਟੀ ਬਹੁਕਰ ਵਾਲੇ ਬੋਲਣ, ਸਾਨੂੰ ਦੁੱਖ ਨਹੀਂ, ਕਿਉਂਕਿ RSS ਦੇ ਲੋਕ ਨੇ। ਕਾਂਗਰਸ ਦਾ ਪ੍ਰਧਾਨ ਕਿਉਂ ਬੋਲੇ? ਇੱਕ ਆਮ ਆਦਮੀ ਪਾਰਟੀ ਨੂੰ ਇਹ ਵੀ ਬਹੁਤ ਗਲਾ ਤੁਹਾਡੇ ਵਿਧਾਇਕ ਨੂੰ, ਉਹ ਕਹਿੰਦੇ ਕਮਲਜੀਤ ਬਰਾੜ ਸਾਨੂੰ ਬੌਕਰ ਵਾਲੇ ਹੀ ਕਹਿੰਦੇ ਆ, ਰਿਸਪੈਕਟ ਨਾਲ ਨਹੀਂ ਬੁਲਾਉਂਦੇ। ਯਾਰ ਤੁਹਾਡਾ ਚੋਣ ਨਿਸ਼ਾਨ ਬੌਕਰ ਆ, ਤੁਸੀਂ ਸਾਨੂੰ ਪੰਜੇ ਵਾਲੇ ਕਹੋ, ਸਾਨੂੰ ਤਾਂ ਕੋਈ ਦੁੱਖ ਨਹੀਂ, ਤੁਸੀਂ ਬੌਕਰ ਵਾਲੇ ਆ ਤਾਂ ਹੁਣ ਬੌਕਰ ਵਾਲੇ ਕਹਾਂਗੇ? ਲੋਕ ਤਾਂ ਕੂਚੀ ਗੈਂਗ ਵੀ ਕਹਿੰਦੇ ਆ, ਮੈਂ ਤਾਂ ਕੱਲ੍ਹ ਬਹੁਤ ਦੱਸਿਆ, ਪੜ੍ਹ ਕੇ ਕਿਸੇ ਦਾ ਕਮੈਂਟ ਕੂਚੀ ਗੈਂਗ ਲਿਖਿਆ ਹੋਇਆ ਸੀ, ਮੈਂ ਨਹੀਂ ਨਾ ਕਹਿੰਦਾ, ਇਹ ਤਾਂ ਤੁਸੀਂ ਤੁਹਾਡਾ ਚੋਣ ਨਿਸ਼ਾਨ ਆ। ਹੁਣ ਜਿਹੜੇ ਸਿਆਸੀ ਮਾਹਰ ਨੇ, ਮੈਂ ਮਾਫੀ ਚਾਹੂੰਗਾ ਗੱਲ ਕੱਟਣੀ ਚਾਹੂੰਗਾ, ਜਿਹੜੇ ਸਿਆਸੀ ਮਾਹਰ ਆ ਉਹ ਵੀ ਕਹਿੰਦੇ ਆ ਵੀ ਕਮਲਜੀਤ ਸਿੰਘ ਬਰਾੜ ਨੂੰ ਹੁਣ SGPC ਦਿੰਦੀ ਆ, ਉਹ ਕਹਿੰਦੇ ਵੀ ਇੱਧਰ ਗੱਲ ਨਹੀਂ ਬਣੀ ਤਾਂ ਅਸੀਂ ਉੱਧਰ ਗੱਲ ਬਣਾ ਲਈ। ਸਾਡੀ ਗੱਲ ਗੁਰੂ ਨਾਨਕ ਨਾਲ ਬਣੀ ਹੋਈ ਆ, ਆਹ ਦੁਨਿਆਵੀ ਗੱਲਾਂ ਗੁੱਲਾਂ ਦਾ ਮੈਂ ਮਾਇਨੇ ਨਹੀਂ ਰੱਖਦਾ, ਇਹਨਾਂ ਗੱਲਾਂ ਮੇਰੇ ਵਾਸਤੇ ਮਾਇਨੇ ਨਹੀਂ ਰੱਖਦੀਆਂ। ਮੈਨੂੰ ਇਹ ਕੋਈ ਦੁਨਿਆਵੀ ਉਹਦੇ ਰੁਤਬੇ ਦਾ ਬੜੇ ਵੱਡੇ ਵੱਡੇ ਲੰਘ ਗਏ, ਤੁਰ ਗਏ, ਰੁੜ ਗਏ ਆ, ਇਹ ਕੀ ਚੀਜ਼ਾਂ ਯਾਦ ਰੱਖਦਾ? ਕੈਪਟਨ ਅਮਰਿੰਦਰ ਸਿੰਘ 2 ਵਾਰ ਮੁੱਖ ਮੰਤਰੀ ਰਿਹਾ, ਪ੍ਰਕਾਸ਼ ਸਿੰਘ ਬਾਦਲ 5 ਵਾਰੀ ਰਿਹਾ, ਅਤੇ ਕਿਹੜਾ ਬੰਦਾ ਪੰਜਾਬ ਦਾ ਆਮ ਬਛਿੰਦਾ ਜਿਹੜਾ ਉਹਨਾਂ ਨੂੰ ਚੰਗੇ ਕਹਿੰਦਾ? ਫਿਰ ਇਹੋ ਜਿਹੇ ਉਹਦੇ ਰੁਤਬਿਆਂ ਤੋਂ ਲੈਣਾ ਕੀ ਆ? ਜੇ ਉਹਦੇ ਰੁਤਬੇ ਲੈ ਕੇ ਅਤੇ ਤੁਸੀਂ ਲੋਕਾਂ ਤੋਂ ਗਾਲਾਂ ਹੀ ਲੈਣੀਆਂ? SGPC ਦੀ SGPC ਵੀ ਸਾਡੀ ਹੈ, ਗੁਰੂ ਘਰ ਸਾਡੇ ਆ ਜੀ, SGPC ਲੜ ਲਾਂਗੇ ਤਾਂ ਫਿਰ ਕੀ ਹੋਜੂਗਾ? ਇਹ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਰਮਾਤਮਾ ਜਿੱਦਣ ਤੋਰੂਗਾ ਸੱਚੇ ਪਾਤਸ਼ਾਹ, ਉਸੇ ਰਾਹ ਤੁਰੇ ਜਾਵਾਂਗੇ, ਉਹ ਤੋਰੀ ਜਾਂਦਾ ਹੈ। ਮੇਰਾ ਲਾਸਟ ਸਵਾਲ ਆ, ਪੰਜਾਬ 'ਚ ਨਵਾਂ ਅਕਾਲੀ ਦਲ ਬਣਨ ਵਾਲਾ ਗਾ? ਜੇ ਪੰਜਾਬ 'ਚ ਅਕਾਲੀ ਦਲ ਨਵਾਂ ਬਣੇ ਤਾਂ ਮੈਨੂੰ ਲੱਗਦਾ ਮਾੜਾ ਮੋਟਾ ਥੋੜ੍ਹੀਆਂ ਬਹੁਤ ਸੀਟਾਂ ਲਿਜਾ ਸਕਦੇ ਚੰਗੇ ਲੋਕਾਂ ਦਾ, ਕਿਉਂਕਿ ਜਿਹੜਾ ਮਲਬਾ ਹੁਣ 117 ਬੰਦਿਆਂ ਦਾ ਮਲਬਾ ਕਹਿ ਸਕਦੇ ਆਪਾਂ ਉਹਨੂੰ, ਕਿਉਂਕਿ ਉਹ ਮਰੀਆਂ ਜ਼ਮੀਨ ਵਾਲੇ ਲੋਕ ਆ ਜਿਹੜੇ ਚੋਣਾਂ ਲੜਦੇ, ਜਿਹੜੇ ਚੰਗੇ ਸੀ ਉਹ ਤਾਂ ਪਾਸੇ ਹੋ ਗਏ ਇਹਨਾਂ ਤੋਂ ਪਹਿਲਾਂ ਹੀ, ਜਿਨ੍ਹਾਂ ਨੂੰ ਪਤਾ ਸੀਗਾ ਵਰਕਰ ਲੀਡਰ ਨਹੀਂ ਕੋਈ ਇੰਨਾ ਚੰਗਾ ਅੱਜ ਤੱਕ। 117 'ਚੋਂ ਜੇ ਮਲਬਾ ਚੱਕ ਕੇ ਪਾਸੇ ਸਿੱਟਾਂਗੇ ਤਾਂ ਹੋ ਸਕਦਾ ਕਿ ਅਕਾਲੀ ਦਲ 5-7-10 ਸੀਟਾਂ ਲੈ ਜੇ, ਇਹਨਾਂ 'ਚੋਂ ਨਹੀਂ ਇਹ ਸਰਵਾਈਵ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੀ ਸੋਚ, ਇਹਨਾਂ ਦਾ ਚਿਹਰਾ ਮੂਹਰਾ ਬਾਦਲਾਂ ਦਾ ਸਾਹਮਣੇ ਆ ਗਿਆ ਲੋਕਾਂ ਦੇ। ਨਵੇਂ ਅਕਾਲੀ ਦਲ ਦੇ ਤੁਸੀਂ ਪ੍ਰਧਾਨ ਹੋ, ਹੈਗੀ ਆ ਤਿਆਰੀ? ਕਹਿੰਦੇ ਆ ਵੀ ਬਹੁਤ ਗੱਲਾਂ ਹੋ ਚੁੱਕੀਆਂ ਹੈਗੀਆਂ, ਤੁਹਾਡੀ ਭਾਈ ਅੰਮ੍ਰਿਤਪਾਲ ਸਿੰਘ ਨੇੜਤਾ ਵੀ ਇਹ ਲੋਕਾਂ ਨੂੰ ਦੱਸਦੀ ਆ
ਅਤੇ ਕਾਂਗਰਸ ਨੂੰ ਨਹੀਂ ਕੁਛ ਕਹਿਣਾ ਕਿਉਂ ਅਤੇ ਮੈਂ ਕਿਹਾ ਕਿਉਂ ਕੀ ਗੱਲ ਕਹਿੰਦੇ ਬਾਪੂ ਜੀ ਕਹਿ ਕੇ ਗਏ ਸੀ ਤੇਰੇ ਬਾਪ ਨੂੰ ਡੈਡੀ ਨੂੰ ਤੇਰੇ ਨੂੰ ਕਿ ਕਾਂਗਰਸ ਨਹੀਂ ਛੱਡਣੀ ਕਾਂਗਰਸ ਤੋਂ ਪਾਸੇ ਨਹੀਂ ਹੋਣਾ ਕਿਸੇ ਹੋਰ 'ਚ ਸਿਆਸਤ ਨਹੀਂ ਕਰਨੀ ਦਾਦਾ ਜੀ ਮੇਰੇ ਇਸ ਨਗਰ ਦੇ 50 ਸਾਲ ਸਰਪੰਚ ਰਹੇ ਆ ਅਤੇ ਸਾਡੇ ਨਗਰ ਨੂੰ ਤਾਂ ਮਾਸਕੋ ਕਹਿੰਦੇ ਹੁੰਦੇ ਸੀ ਸਾਡੇ ਹਲਕਾ ਹਮੇਸ਼ਾ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਵਿਧਾਇਕ ਨਹੀਂ ਸੀ ਬਣਦਾ ਹਮੇਸ਼ਾ ਕਮਿਊਨਿਸਟ ਵਿਧਾਇਕ ਬਣਦੇ ਰਹੇ ਇਸ ਹਲਕੇ ਤੋਂ ਨਿਹਾਲ ਸਿੰਘ ਵਾਲੇ ਤੋਂ ਅਤੇ ਇਸ ਹਲਕੇ ਨੂੰ ਇਸ ਨਗਰ ਨੂੰ ਮਾਸਕੋ ਤੋਂ ਤੁੜਵਾ ਕੇ ਕਾਂਗਰਸ ਦਾ ਗੜ ਬਣਾਉਣਾ ਜਾਂ ਕਾਂਗਰਸ ਨਾਲ ਖੜ੍ਹੇ ਕਰਨਾ ਇਹ ਗੱਲਾਂ ਇਹ ਜਵਾਕ ਰਾਜੇ ਵਰਗੇ ਨਹੀਂ ਸਮਝ ਸਕਦੇ ਨਾ ਬਹੁਤ ਵੱਡੀਆਂ ਗੱਲਾਂ ਨੇ ਇਹਨਾਂ ਦੇ ਵੱਸ ਦੀ ਗੱਲ ਨਹੀਂ ਪਰ ਲੋਕ ਸਮਝ ਲੈਣ ਵੀ ਨਵਾਂ ਅਕਾਲੀ ਦਲ ਤਿਆਰੀ 'ਚ ਤੁਸੀਂ ਵੀ ਨੀਲੀ ਪੱਗ ਅੱਜ ਬੰਨ ਲਈ ਹੈ ਮੈਂ ਤਾਂ ਹਮੇਸ਼ਾ ਬੰਨਦਾ ਇਹ ਕਿਸੇ ਅਕਾਲੀ ਦਲ ਦਾ ਰੰਗ ਥੋੜ੍ਹੀ ਆ ਇਹ ਤਾਂ ਸਾਡੇ ਦਸ਼ਮੇਸ਼ ਪਿਤਾ ਦਾ ਬਖਸ਼ਿਆ ਹੋਇਆ ਸਾਨੂੰ ਕਲਰ ਆ ਇਹਦੇ 'ਚ ਬੰਨ ਲਈ ਨੀਲੀ ਮੈਂ ਅਕਸਰ ਬੰਨਦਾ ਮੈਨੂੰ ਪਿਆਰ ਹੈ ਇਸ ਰੰਗ ਨਾਲ ਮੈਂ ਤਾਂ ਸ਼ੁਰੂ ਤੋਂ ਬੰਨਦਾ ਬਚਪਨ ਤੋਂ ਜਦੋਂ ਮੈਂ ਦਾੜੀ ਵੀ ਨਹੀਂ ਰੱਖੀ ਸੀ ਉਦੋਂ ਤੋਂ ਬੰਨਦਾ ਮੈਂ ਤੋ ਇਹ ਮੈਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਕੋਈ ਅਕਾਲੀ ਦਲ ਬਣ ਰਿਹਾ ਜਾਂ ਕੋਈ ਆਮ ਆਦਮੀ ਬਣ ਕੋਈ ਬਣੀ ਜਾਵੇ ਆਪਣੇ ਇਹਦੇ ਨਾਲ ਕੀ ਲੈਣਾ ਦੇਣਾ ਨਾ ਆਪਣਾ ਉਹਨਾਂ ਨਾਲ ਕੋਈ ਵਾਹ ਵਾਸਤਾ ਹੈ ਨਾ ਆਪਾਂ ਕਿਸੇ ਹੋਰ ਜਮਾਤ 'ਚ ਜਾਣਾ ਹੈ ਨਾ ਆਪਾਂ ਕਿਸੇ ਹੋਰ ਜਮਾਤ ਵੱਲੋਂ ਚੋਣ ਲੜਨੀ ਆ ਬਿਹਤਰ ਹੋਊਗਾ ਅੱਜ ਵੀ ਸੇਵਾ ਕਰਦੇ ਹਾਂ ਅੱਜ ਕਿਹੜਾ ਮੈਂ MLA ਹਾਂ ਤੁਸੀਂ ਹੋਰ ਕਿਸੇ 'ਚ ਨਹੀਂ ਜਾਣਾ ਪਰ ਨਵੀਂ ਪਾਰਟੀ ਬਣ ਸਕਦੀ ਨਹੀਂ ਨਹੀਂ ਨਵੀਂ ਪਾਰਟੀ ਨੇ ਮੈਨੂੰ ਕੋਈ ਮਤਲਬ ਨਹੀਂ ਯਾਰ ਅਸੀਂ ਮੈਂ ਕਾਂਗਰਸੀ ਹਾਂ ਮੈਨੂੰ ਕੌਣ ਕਹਿੰਦਾ ਨਹੀਂ ਕਾਂਗਰਸੀ ਇਹ ਥੋੜ੍ਹੀ ਕੱਲ੍ਹ ਮੈਂ ਦੱਸਦਾ ਰਿਹਾ ਤੁਹਾਨੂੰ ਜੇ ਤੁਹਾਨੂੰ ਭਾਈ ਅੰਮ੍ਰਿਤਪਾਲ ਕਹਿਣ ਵੀ ਸਾਡੇ ਪੋਲੀਟੀਕਲ ਵਿੰਗ ਦਾ ਤੁਸੀਂ ਰਹਿਨੁਮਾਈ ਕਰੋਗੇ ਬਣਾ ਲਿਆ ਉਹਨਾਂ ਨੇ ਪੋਲੀਟੀਕਲ ਵਿੰਗ ਨਹੀਂ ਜੇ ਉਹਨਾਂ ਨੇ ਬਣਾ ਲਿਆ ਤਿਆਰੀ ਤਾਂ ਪੂਰੀ ਅੰਦਰ ਖਾਤੇ ਕਹਿੰਦੇ ਸਾਰਾ ਕੁਛ ਹੀ ਆ ਤੁਹਾਡਾ ਪਲਾਨ ਸਮੇਂ ਦੇ ਗਰਭ 'ਚ ਦੇਖੋ ਕੀ ਹੁੰਦਾ ਕਿੱਧਰ ਨੂੰ ਜਾਂਦਾ ਜਿੱਥਾਂ ਜਿੱਧਰ ਨੂੰ ਪਾਤਸ਼ਾਹ ਤੋਰਨਗੇ ਤੁਰੇ ਜਾਂਦੇ ਆ ਉਹਦੇ ਦਰਸਾਏ ਮਾਰਗ 'ਤੇ ਚੱਲਣਾ ਇਹ ਕੋਈ ਮਤਲਬ ਜਿਵੇਂ ਕਹਿ ਦਈਏ ਜਾਂ ਮੈਂ ਕਿਸੇ ਮੈਂ ਆਪਣੇ ਆਪ ਨੂੰ ਵੀ ਕਾਬੂ ਨਹੀਂ ਰੱਖ ਸਕਦਾ ਮੈਂ ਆਪਣੇ ਬਾਪ ਤੋਂ ਕਈ ਵਾਰ ਬਾਹਰ ਹੋ ਜਾਂਦਾ ਜਿਹੜੀਆਂ ਗੱਲਾਂ ਮੇਰੀ ਆਤਮਾ ਕਬੂਲਦੀ ਆ ਜਾਂ ਮੇਰੀ ਰੂਹ ਝੰਝੋੜਦੀ ਆ ਕਿ ਨਹੀਂ ਆਪਣਾ ਰਸਤਾ ਇਹ ਨਹੀਂ ਆਪਣਾ ਕੰਮ ਇਹ ਨਹੀਂ ਆਪਣਾ ਮਾਰਗ ਇਹ ਨਹੀਂ ਆਪਣਾ ਕਿੱਤਾ ਹੋਰ ਆਪਣੀ ਸੋਚ ਹੋਰ ਆ ਆਪਾਂ ਕੋਈ ਛੋਟੀ ਰੇਸ ਵਾਲੇ ਘੋੜੇ ਨਹੀਂ ਹੈਗੇ ਆਪਾਂ ਵੱਡੀਆਂ ਜੰਗਾਂ ਜਿੱਤਣੀਆਂ ਵੱਡੀਆਂ ਲੜਾਈਆਂ ਲੜਨੀਆਂ ਸੋ ਇਹ ਤਾਂ ਪਰਮਾਤਮਾ 'ਤੇ ਸਮਾਂ ਤੈਅ ਕਰੂਗਾ ਕਿੱਧਰ ਕੀ ਹੋਣਾ ਹੈ ਪਰ ਇਹ ਹੈ ਜ਼ਰੂਰ ਕਿ ਪੰਜਾਬ ਦੇ ਭਲੇ ਦੀ ਗੱਲ ਕਰਦੇ ਰਹਾਂਗੇ ਹੱਕ ਸੱਚ 'ਤੇ ਪਹਿਰਾ ਦਿੰਦੇ ਰਹਾਂਗੇ ਜਿੱਥੇ ਵੀ ਰਹਾਂਗੇ ਉੱਥੇ ਸੱਚ ਦੀ ਗੱਲ ਹੀ ਕਰਾਂਗੇ ਜਿੱਥੇ ਵੀ ਰਹਾਂਗੇ ਜਿਹਦੇ ਨਾਲ ਵੀ ਰਹਾਂਗੇ ਝੰਝੋੜਦੇ ਰਹਾਂਗੇ ਉਹਨੂੰ ਜ਼ਰੂਰ ਵੀ ਹਾਂ ਭਾਈ ਤੇਰਾ ਆਹ ਇਸ ਥਾਂ 'ਤੇ ਤੂੰ ਗਲਤ ਆ ਸੋ ਇਹ ਇਹ ਜਿੱਥੇ ਇਹਨੂੰ ਤਕਲੀਫ ਇਸ ਗੱਲ ਦੀ ਹੋਈ ਹੈ ਕਿ ਮੈਂ ਨੂੰ ਟੋਕਦਾ ਰਿਹਾ ਕਿ ਇਹ ਸਾਡੇ ਲਈ ਚੰਗੀ ਗੱਲ ਨਹੀਂ ਸਾਨੂੰ ਮਤਲਬ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਤੁਸੀਂ ਇਸ ਤਰ੍ਹਾਂ ਨਾ ਬੋਲੋ ਨਾ ਬੋਲੋ ਨਾ ਬੋਲੋ ਪਰ ਜਦੋਂ ਨਹੀਂ ਟਲਦਾ ਬੰਦਾ ਔਰ ਸਾਨੂੰ ਉਮੀਦ ਸੀ ਜਦੋਂ ਇਹ ਪ੍ਰਧਾਨ ਬਣਿਆ ਸੀ ਕਿ ਖੌਰੇ ਪੰਜਾਬ 'ਚ ਕਾਂਗਰਸ ਨੂੰ ਤਕੜੀ ਕਰੂਗਾ ਜਦੋਂ ਪ੍ਰਧਾਨ ਬਣਿਆ ਦਿਮਾਗ ਖਰਾਬ ਹੋ ਗਿਆ ਅਤੇ ਆਪਦੇ ਬੰਦਿਆਂ ਨੂੰ ਦੱਬਣਾ ਸ਼ੁਰੂ ਕਰਤਾ ਪੰਜਾਬ ਦੇ ਵਿੱਚ ਆਪਦੇ ਕਿੰਨੇ ਕਾਂਗਰਸੀ ਖਫਾ ਹੋ ਗਏ ਤੂੰ ਕੋਈ ਵੀ ਕਾਂਗਰਸੀ ਨੂੰ ਪ੍ਰਧਾਨ ਹੀ ਨਹੀਂ ਮੰਨ ਕੇ ਰਾਜੀ ਹੈਗਾ ਮਤਲਬ ਅੱਜ ਤੁਸੀਂ 5 ਸਾਲ ਪਏ ਆ ਤੁਸੀਂ ਮਿਹਨਤ ਕਰਨੀ ਆ ਤੁਸੀਂ ਉਹ ਬੰਦਿਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਆ ਤੁਹਾਡੀ ਜਾਂ ਤੁਸੀਂ ਕਾਂਗਰਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲੈ ਲਈ ਆ ਤੁਸੀਂ ਮਤਲਬ ਮੈਂ ਤਾਂ ਸਿਰਫ ਇੱਕੋ ਗੱਲ 'ਤੇ ਚੈਲੰਜ ਕਰਦਾ ਇਹਨੂੰ ਕਿ ਬੋਲ ਕੇ ਦਿਖਾਵੇ ਭਗਵੰਤਮਾਨ ਦੇ ਖਿਲਾਫ਼ ਮੋਰਚਾ ਲਾ ਕੇ ਦਿਖਾਵੇ ਸਿੱਧੂ ਮੂਸੇਵਾਲੇ ਦੀ ਖਾਤਰ ਮੋਰਚਾ ਲਾ ਕੇ ਦਿਖਾਵੇ ਕਿਸਾਨੀ ਮੰਗਾਂ ਦੀ ਖਾਤਰ ਮੋਰਚਾ ਲਾ ਕੇ ਦਿਖਾਵੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਖਾਤਰ ਮੋਰਚਾ ਲਾ ਕੇ ਦਿਖਾਵੇ ਰਾਜਾ ਬਣੇ 1000-1000 ਰੁਪਈਆ ਬੀਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਹਦੀ ਖਾਤਰ ਮੋਰਚਾ ਲਾਵੇ ਨਸ਼ੇ ਦੇ ਨਾਲ ਨਿੱਤ ਦਿਨ ਮੌਤਾਂ 'ਚ ਵਾਧਾ ਹੋ ਰਿਹਾ ਨਸ਼ੇ ਦੇ ਖਿਲਾਫ਼ ਸਰਕਾਰ ਦੇ ਖਿਲਾਫ਼ ਬੋਲ ਕੇ ਤਾਂ ਦਿਖਾਵੇ ਇਹ ਗੱਲ ਤਾਂ ਕਰਕੇ ਦਿਖਾਵੇ ਨਾ ਫਿਰ ਪੈਰੀਂ ਪੈਣ ਨੂੰ ਮਿੰਟ ਲਾਉਂਦਾ ਇਹਦੇ ਸਾਲੇ ਦਾ ਰੌਲਾ ਪੈ ਗਿਆ ਇੱਕ ਬੰਦੇ ਨੇ ਖੁਦਕੁਸ਼ੀ ਕਰ ਲਈ ਉਹ ਸੁਸਾਈਡ ਨੋਟ ਲਿਖ ਕੇ ਗਿਆ ਅਤੇ ਸਾਲੇ ਦਾ ਨਾਂ ਲਿਖ ਕੇ ਗਿਆ ਸਰਕਾਰ ਕਾਂਗਰਸ ਦੀ ਸੀ ਮਿੰਟ ਲਾਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੈਰ ਫੜਨ ਨੂੰ ਪੈਰ ਫੜਨ ਨੂੰ ਤਾਂ ਮਿੰਟ ਲਾਉਂਦਾ ਸਰਦਾਰ ਨਵਜੋਤ ਸਿੰਘ ਸਿੱਧੂ ਉਹਨੇ ਆਪਦਾ ਸਿਆਸੀ ਕੈਰੀਅਰ ਦਾਅ 'ਤੇ ਲਾ ਕੇ ਆਪਦੇ ਮੰਤਰੀ ਉਹਦਾ ਰੌਲਾ ਮੰਤਰੀ ਪਾਉਣੇ ਦਾ ਉਦੋਂ ਹੀ ਪਿਆ ਜਦੋਂ ਬਠਿੰਡਾ ਚੋਣ ਹੋਈ ਆ ਉਹਨੇ ਆਪਦਾ ਐਡਾ ਵੱਡਾ ਉਹਦਾ ਰੁਤਬਾ ਇਹਦੀ ਖਾਤਰ ਛੱਡਿਆ ਜਦੋਂ ਉਹਨੇ 75-25 ਉਜਾਗਰ ਕੀਤਾ ਬਠਿੰਡੇ ਪ੍ਰਿਅੰਕਾ ਗਾਂਧੀ ਦੇ ਸਾਹਮਣੇ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੋਲਿਆ ਬਟਲਾਡੇ ਬੋਲਿਆ ਮਾਨਸਾ ਬੋਲਿਆ ਮੈਂ ਉਹਨਾਂ ਰੈਲੀਆਂ 'ਚ ਹਾਜ਼ਰ ਸੀ ਕਿਉਂਕਿ ਮੇਰੀ ਡਿਊਟੀ ਸੀ ਬਟਲਾਡੇ ਦੇ ਹਲਕੇ ਦੇ ਪਿੰਡ ਸਾਂਭੇ ਹੋਏ ਸੀ ਮੈਂ ਉਹ ਨਵਜੋਤ ਸਿੰਘ ਸਿੱਧੂ ਦਾ ਨਹੀਂ ਬਣਿਆ ਯਾਰ ਨਵਜੋਤ ਸਿੰਘ ਸਿੱਧੂ ਨੇ ਉਹਨੂੰ ਮੰਤਰੀ ਬਣਵਾਇਆ ਬਾਅਦ 'ਚ ਅਤੇ ਨਵਜੋਤ ਸਿੰਘ ਸਿੱਧੂ ਨੇ ਆਪਦਾ ਮੰਤਰੀ ਪਣ ਆਪਦਾ ਮੰਤਰੀ ਪਣਾ ਛੱਡਿਆ ਇਹਦੀ ਖਾਤਰ ਇਹਦਾ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਦਾ ਕੀ ਰੌਲਾ ਸੀ ਇਹਦੀ ਖਾਤਰ ਰੌਲਾ ਪਿਆ ਇਹ ਉਹਦਾ ਨਹੀਂ ਬਣਿਆ ਉਸ ਤੋਂ ਪਹਿਲਾਂ ਜਿਹੜਾ ਬੰਦਾ ਇਹਨੂੰ ਸੱਤਾ 'ਚ ਲੈ ਕੇ ਆਇਆ ਜਿਹੜੇ ਬੰਦੇ ਨੇ ਇਹਨੂੰ ਆਪਦੇ ਵਰਗੀ ਆਵਾਜ਼ ਕੱਢਣੀ ਸਿਖਾਈ ਜਗਮੀਤ ਸਿੰਘ ਬਰਾੜ ਇਹ ਉਹਦਾ ਨਹੀਂ ਬਣਿਆ ਪਰ ਤੁਸੀਂ ਤਾਂ ਦੱਸ ਦਿਓ ਤੁਸੀਂ ਕਿਸ ਦੇ ਬਣੋਗੇ ਮੈਂ ਪਰਮਾਤਮਾ ਦਾ ਬਾਬੇ ਨਾਨਕ ਦਾ ਆਪਾਂ ਉਹਦੇ ਹਾਂ ਜੇ ਮੈਂ ਕਿਸੇ ਦਾ ਬਣਨਾ ਹੁੰਦਾ ਬੰਦੇ ਦਾ ਬਣਨਾ ਹੁੰਦਾ ਤਾਂ ਮੈਂ ਇਹਦੇ ਨਾਲ ਤੁਰੇ ਹੀ ਜਾਂਦਾ ਸੀ ਤਾਂ ਮੈਨੂੰ ਤਾਂ ਇਹ ਨਾਲ ਹੀ ਰੱਖਦਾ ਫਿਰ ਜੇ ਮੈਂ ਕਿਸੇ ਬੰਦੇ ਦੇ ਮਗਰ ਹੀ ਲੱਗਣਾ ਹੁੰਦਾ ਮੈਂ ਗੁਰੂ ਦੇ ਮਗਰ ਨਾ ਲੱਗਣਾ ਹੁੰਦਾ ਗੁਰੂ ਦੇ ਦਰਸਾਏ ਮਾਰਗ 'ਤੇ ਨਾ ਚੱਲਣਾ ਹੁੰਦਾ ਤਾਂ ਮੈਨੂੰ ਤਾਂ ਇਹ ਵਧੀਆ ਸੀ ਮੇਰੇ ਨਾਲ ਤਾਂ ਇਹਦੀ ਬਣਦੀ ਬੜੀ ਸੀ ਕਹਿੰਦੇ ਹੁੰਦੇ ਆ ਵੀ ਭਰਾਵਾਂ ਵਰਗਾ ਪਿਆਰ ਸੀ ਸਾਡਾ ਮੈਨੂੰ ਹਰ ਥਾਂ ਇਹ ਜਿੱਥੇ ਇਹਦੀ ਲੋੜ ਹੁੰਦੀ ਸੀ ਇਹਨੂੰ ਮੇਰੀ ਸਾਦਾ ਸੀ ਹਰ ਥਾਂ ਦਿੱਲੀ ਦੱਖਣ ਬੱਸਾਂ ਭਰ ਲੈ ਜਾਂਦੇ ਤੁਸੀਂ ਕਿਉਂ ਨਹੀਂ
ਇਲਜ਼ਾਮ ਲਾਵਾਂ ਪਿੱਠ ਛੁਰਾ ਮਾਰਿਆ, ਐਡੀ ਹਿੰਮਤ ਹੈ ਨਹੀਂ ਕਿਸੇ ਦੇ ਸਾਡੇ ਛੁਰੇ ਛਾਰੇ ਮਾਰ ਜੇ, ਇਹ ਘਟੀਆ ਹਰਕਤਾਂ ਹੁੰਦੀਆਂ, ਛੋਟੀਆਂ ਹਰਕਤਾਂ, ਕੁਝ ਜਿਹੀਆਂ ਹਰਕਤਾਂ ਹੁੰਦੀਆਂ, ਰੋਕਦਾ ਰਿਹਾ ਮੈਨੂੰ, ਮੈਂ ਨਹੀਂ ਰੁਕਿਆ, ਤਾਂ ਫਿਰ ਇਸ ਹਰਕਤ 'ਤੇ ਉੱਤਰ ਆਇਆ। ਤਾਂ ਹੁਣ ਪੁੱਛੋ ਉਹਨਾਂ ਨੂੰ ਵੀ ਕੀ ਗੱਲ ਆ ਭਾਈ, ਕੀ ਕਾਰਨ ਹੋਇਆ, ਤੁਸੀਂ ਜਵਾਬ ਮੰਗੋ ਨਾ, ਮੀਡੀਆ 'ਤੇ, ਮੀਡੀਆ ਦਾ ਹੱਕ ਬਣਦਾ ਨਾ, ਪੁੱਛੋ ਕੀ ਕੀ ਗਲਤੀ ਹੈ ਕਮਲਜੀਤ ਸਿੰਘ ਬਰਾੜ ਦੀ, ਕੀ ਕਮਲਜੀਤ ਸਿੰਘ ਬਰਾੜ ਦਾ ਧਰਮ ਨਾਲ ਖੜਨਾ ਗੁਨਾਹ ਹੈ, ਕੀ ਕਮਲਜੀਤ ਸਿੰਘ ਬਰਾੜ ਦਾ ਸੱਚ ਬੋਲਣਾ ਗੁਨਾਹ ਹੈ। ਜੋ ਬੰਦਾ ਧਰਮ ਦੀ ਗੱਲ ਕਰੂਗਾ, ਜੋ ਬੰਦਾ ਧਰਮੀ ਹੈ ਨਾ, ਇੱਕ ਗੱਲ ਇਹ ਪੱਲੇ ਬੰਨ੍ਹਣੀ ਚਾਹੀਦੀ ਸਾਰੇ ਲੋਕਾਂ ਨੂੰ, ਉਹ ਦੂਜੇ ਧਰਮ ਦਾ ਮਾੜਾ ਨਾ ਸੋਚੂਗਾ ਨਾ ਮਾੜਾ ਕਰੂਗਾ, ਜਿਹੜਾ ਆਪਦੇ ਧਰਮ 'ਚ ਪਰਪੱਕ ਆ। ਹੁਣ ਇਹ ਆਪਦੇ ਧਰਮ ਦਾ ਨਹੀਂ ਹੈਗਾ, ਸਿੱਖ ਧਰਮ 'ਚ ਪੈਦਾ ਹੋਇਆ, ਇਹਦੇ 'ਤੇ ਇਤਬਾਰ ਕੌਣ ਕਰੂਗਾ, ਇਹ ਆਪਦੇ ਧਰਮ ਦਾ ਹੀ ਹੈ ਨਹੀਂ ਬੰਦਾ। ਘੱਟੋ ਘੱਟ ਤੂੰ ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ ਤੂੰ ਸੱਚ ਨੂੰ ਫਾਂਸੀਆਂ ਲਾਉਣੀਆਂ ਸ਼ੁਰੂ ਕਰਤੀਆਂ, ਇਹ ਤਾਂ ਕੁਛ ਵੀ ਨਹੀਂ ਯਾਰ, ਇਹ ਕਿਹੜੀਆਂ ਗੱਲਾਂ ਨੇ, ਇਹ ਅਸੀਂ ਪਰਵਾਹ ਥੋੜ੍ਹੀ ਕਰਦੇ ਇਹਨਾਂ ਦੀ, ਨਾਲੇ ਅਸੀਂ ਉਸ ਰਾਜ ਦੀ ਮੰਗ ਕਰਦੇ ਹਾਂ ਯਾਰ, ਅਸੀਂ ਉਸ ਬੰਦੇ ਨੂੰ ਚਾਹੁੰਦੇ ਹਾਂ ਅੱਗੇ ਆਵੇ, ਕੋਈ ਖਾਲਸ ਜਿਹੜਾ ਅੰਦਰੋਂ ਖਾਲਸ ਹੋਵੇ। ਦੁਨੀਆ ਦਾ ਸਭ ਤੋਂ ਬਿਹਤਰ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਖਾਲਿਸਤਾਨ ਬਣੇ, ਖਾਲਿਸਤਾਨ ਦੀ ਪਰਿਭਾਸ਼ਾ ਨਹੀਂ ਨਾ ਪਤਾ, ਤੁਸੀਂ ਤਾਂ ਸਵਾਲ ਚੱਕਦੇ ਨੇ ਚਾਹੁੰਦੇ ਹੋ ਖਾਲਿਸਤਾਨ ਬਣੇ, ਖਾਲਿਸਤਾਨ ਦੀ ਪਰਿਭਾਸ਼ਾ ਦੱਸੀ ਜਾਵੇ ਨਾ ਕੀ ਹੈ। ਮੈਂ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਮੈਂ ਉਹਨਾਂ ਨੂੰ ਵੀ ਕਹਿੰਦਾ ਹੁੰਦਾ ਕਿ ਪਹਿਲਾਂ ਖਾਲਸ ਦੀ ਪਰਿਭਾਸ਼ਾ ਤਾਂ ਦੱਸੋ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਕੀ ਤੁਸੀਂ ਉਹਨੂੰ ਖਾਲਿਸਤਾਨ ਨਹੀਂ ਮੰਨਦੇ, ਉਹ ਖਾਲਸੇ ਦਾ ਰਾਜ ਮੰਨਦੇ ਆ ਤਾਂ ਖਾਲਿਸਤਾਨ ਹੀ ਸੀ ਉਹ। ਕਿਹੜਾ ਹਿੰਦੂ ਖਤਰੇ ਸੀ ਉਦੋਂ, ਮੰਤਰੀ ਸੀਗੇ, ਵਜ਼ੀਰ ਸੀਗੇ, ਕਿਹੜਾ ਮੁਸਲਮਾਨ ਖਤਰੇ ਸੀ, ਫਕੀਰ ਜੀਜੂਦੀਨ ਵਰਗੇ, ਉਹਦੇ ਪੁੱਤ ਪੋਤਰੇ, ਉਹਦੇ ਭਤੀਜੇ, ਖਜ਼ਾਨਾ ਮੰਤਰੀ, ਸੁਰੱਖਿਆ ਮੰਤਰੀ, ਹਿੰਦੂ ਮੁਸਲਮਾਨ ਅਤੇ ਸਿੱਖ ਮਹਾਰਾਜਾ ਸੀ, ਹਿੰਦੂ ਅਤੇ ਮੁਸਲਮਾਨ ਉਹਦੇ ਵਜ਼ੀਰ ਸੀ, ਅਤੇ ਉਹ ਅਸਲ ਖਾਲਸੇ ਦਾ ਅਤੇ ਖਾਲਿਸਤਾਨ ਦਾ ਰਾਜ ਸੀ। ਜਦੋਂ ਕੋਈ ਉਹਦੇ ਵਰਗਾ ਖਾਲਸਾ ਆ ਗਿਆ ਜਿਹਦੇ ਅੰਦਰ ਚਿੱਟਕ ਲੱਗੀ ਹੋਈ ਪੰਜਾਬ ਨੂੰ ਸਵਾਰਨ ਦੀ ਅਤੇ ਪੰਜਾਬ ਨੂੰ ਤਾਂ ਚੱਕਣ ਦੀ, ਇਹੀ ਗੱਲ ਕਾਂਗਰਸ ਦੇ ਚੁੱਭਦੀ ਹੈ ਵੀ ਤੁਸੀਂ, ਕਾਂਗਰਸ ਦੇ ਨਹੀਂ ਚੁੱਭਦੀ ਗੀ, ਕਾਂਗਰਸ ਦੇ ਨਹੀਂ, ਫਿਰ ਤੁਸੀਂ ਪਾਰਟੀ ਨੇ ਕੱਢਿਆ ਨਾ, ਪਾਰਟੀ ਨੇ ਨਹੀਂ ਕੱਢਿਆ ਗਾ, ਵਿਅਕਤੀਆਂ ਨੇ ਕੱਢਿਆ ਹੈ। ਪਾਰਟੀ ਕਿਵੇਂ ਕੱਢੂ, ਪਾਰਟੀ ਦਾ ਤਾਂ ਮਸਲਾ ਹੀ ਨਹੀਂ ਕੋਈ, ਪਾਰਟੀ ਨੇ ਦੇਖੋ, ਮੈਂ ਅੱਗੇ ਵੀ ਕਹਿੰਦਾ ਚੰਗੇ ਮਾੜੇ ਲੋਕ ਸਿਆਸੀ ਜਮਾਤਾਂ 'ਚ ਆਉਂਦੇ ਰਹਿੰਦੇ ਆ, ਅਕਾਲੀ ਦਲ 'ਚ ਬੜੇ ਚੰਗੇ ਲੋਕ ਰਹੇ ਕਿਸੇ ਵੇਲੇ, ਅੱਜ ਨਹੀਂ ਹੈਗੇ, ਕਾਂਗਰਸ ਦੇ ਵਿੱਚ ਚੰਗੇ ਲੋਕ ਬੜੇ ਹੈਗੇ ਆ, ਅਤੇ ਕਾਂਗਰਸ 'ਚ ਇਹੋ ਜਿਹੇ ਘਤੇਤੀ ਵੀ ਆ ਜਾਂਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਇਹ ਮੈਨੂੰ ਲਤਾੜ ਕੇ ਮੂਹਰੇ ਲੰਘ ਜੂ, ਇਹਨੂੰ ਕਿਵੇਂ ਠੋਕੀਏ। ਸੋ ਕੋਈ ਉਹੋ ਜਿਹਾ ਆਊਗਾ, ਉਹ ਅਸੀਂ ਉਸ ਰਾਜ ਦੀ ਮੰਗ ਕਰਦੇ ਹਾਂ ਕਿ ਉਹੋ ਜਿਹਾ ਬੰਦਾ ਆਵੇ ਕੋਈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਵੇ, ਸਭ ਨੂੰ ਨਾਲ ਲੈ ਕੇ ਚੱਲੇ। ਤਾਂ ਕਾਂਗਰਸ ਦਾ ਤਾਂ ਇਹਦੇ 'ਚ ਮਤਲਬ ਹੀ ਨਹੀਂ ਕੋਈ ਬਣਦਾ, ਕਾਂਗਰਸ ਦਾ ਤਾਂ ਰੋਲ ਹੀ ਕੋਈ ਨਹੀਂ, ਇਹਦੇ 'ਚ ਰੋਲ ਇੱਕ ਵਿਅਕਤੀ ਵਿਸ਼ੇਸ਼ ਦਾ ਹੈ, ਉਹਨੂੰ ਚੁੱਭਦੀ ਆ। ਜਿਵੇਂ ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਚੈਨਲ 'ਤੇ, ਆਪਣੇ ਵੈਬ ਚੈਨਲ ਆਪਣਾ ਕਾਫੀ ਮਸ਼ਹੂਰ ਹੈ, ਮੈਂ ਨਾਂ ਨਹੀਂ ਲੈਣਾ, ਉਹਦੇ 'ਤੇ ਉਹਦੇ ਖਿਲਾਫ਼ ਕਿਸੇ ਨੌਜਵਾਨ ਨੇ ਇੰਟਰਵਿਊ ਕੀਤੀ, ਉਹਨੇ ਉਹ ਡਿਲੀਟ ਕਰਾ ਦਿੱਤੀ, ਇਹਦੇ ਰਾਜੇ ਵੜਿੰਗ ਨੇ। ਉਸ ਤੋਂ ਪਹਿਲਾਂ ਸਾਡਾ ਹੀ ਇੱਕ ਹੁਣ ਅੱਜ ਉਹ ਚੇਅਰਮੈਨ ਬਲਾਕ ਸੰਮਤੀ ਦਾ, ਉਹਦੀ ਵਾਈਫ ਮੁਕਤਸਰ ਸਾਹਿਬ ਦੀ, ਉਹਨੇ ਇਹਦੇ ਖਿਲਾਫ਼ ਲਿਖਿਆ, ਕਿਉਂਕਿ ਇਹਨੇ ਚਿੱਠੀਆਂ ਲਿਆ ਕੇ ਆਪਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੇ ਚਿੱਠੀ ਦਾ ਬਣਾਇਆ ਨੇ, ਜ਼ਿਲ੍ਹੇ ਦਾ ਬਲਾਕ ਸੰਮਤੀ ਚੇਅਰਮੈਨ ਨੇ ਅਕਾਲੀ ਦਲ ਨਾਲ ਸਮਝੌਤਾ ਕਰਕੇ ਉਹਨਾਂ ਤੋਂ ਲੈ ਕੇ ਬੰਦੇ ਆਪਦਾ ਬਣਾਇਆ, ਅਤੇ ਉਹਨਾਂ ਲੋਕਾਂ ਨੇ ਜਦੋਂ ਇਹਦੇ ਖਿਲਾਫ਼ ਇਹ ਗੱਲ ਲਿਖੀ ਵੀ ਇਹ ਗਲਤ ਆ, ਤਾਂ ਇਹਨੇ ਉਹ ਬੰਦਿਆਂ 'ਤੇ ਪਰਚੇ ਕਰਾਤੇ, ਕਾਂਗਰਸ ਦੇ ਬੰਦੇ ਇਹਦੀ ਖਾਤਰ ਵੋਟਾਂ ਮੰਗਣ ਵਾਲੇ ਲੋਕ ਪਰਚੇ ਕਰਾਤੇ। ਹਜੇ ਤਾਂ ਬੜਾ ਕੁਛ ਹੋਣਾ, ਹਜੇ ਤਾਂ ਦਿਆਲ ਸਿੰਘ ਕੋਲੇਵਾਲੀ ਦੇ ਮੁੰਡੇ ਦੇ ਪਲਾਂਥਾਂ 'ਚ 5 ਲੱਖ ਰੁਪਈਆ ਲੈ ਕੇ ਕਣਕ ਕਿਹਨੇ ਲਵਾਈ ਇਹ ਵੀ ਆਉਣਾ ਸਾਹਮਣੇ। ਕੋਲੇਵਾਲੀ ਪਿੰਡ ਦੇ ਕਾਂਗਰਸੀ ਚੀਕਾਂ ਮਾਰਦੇ ਫਿਰਦੇ, 5 ਸਰਪੰਚ ਬਿਠਾਉਂ ਲਿਆ ਕੇ ਪ੍ਰੈਸ ਕਾਨਫਰੰਸ ਕਰਾਊਂਗਾ ਵੀ 5 ਲੱਖ ਰੁਪਈਆ ਕਿਹਨੇ ਲਿਆ, ਸਰਪੰਚ ਦੇ ਕੋਲੇ ਬਹਿ ਕੇ ਜਾ ਕੇ ਕਹਿੰਦੇ ਜੀ ਉਹਦੇ ਅਸੀਂ ਸੁਣਦੇ ਹਾਂ ਕਿ ਤੁਸੀਂ ਕਣਕ ਲਵਾ ਰਹੇ ਹੋ ਕੋਲੇਵਾਲੀ ਦੇ ਮੁੰਡੇ 'ਚ, ਤੁਸੀਂ ਤਾਂ ਕਹਿੰਦੇ ਸੀ ਅਸੀਂ ਉਹਦੇ ਘਰੇ ਗਊਸ਼ਾਲਾ ਬਣਾਵਾਂਗੇ, ਤੁਸੀਂ ਤਾਂ ਉਹਦੇ ਬਿਜ਼ਨਸ ਦੇ ਵਿੱਚ ਵਾਧਾ ਕਰ ਰਹੇ ਹੋ। ਇਹਨੇ ਫੋਨ ਲਾ ਲਿਆ DFC ਨੂੰ, ਇਸੇ ਰਾਜੇ ਵੜਿੰਗ ਨੇ, ਮੈਂ ਮੂੰਹ 'ਤੇ ਗੱਲ ਕਰੂੰਗਾ, ਮੈਂ ਸਰਪੰਚ ਬਹਾਦੂ ਇਹਦੇ ਮੂੰਹ 'ਤੇ, ਮੇਰੇ ਨਾਲ ਅੱਖਾਂ ਮਿਲਾ ਕੇ ਗੱਲ ਕਰੇ ਰਾਜਾ ਵੜਿੰਗ, ਅੱਖਾਂ ਮਿਲਾ ਕੇ ਮੇਰੇ ਨਾਲ ਗੱਲ ਕਰੇ ਚੋਰ ਮੇਰੇ ਨਾਲ ਇਹ। ਇਹਨੇ ਉਹ ਜਦੋਂ ਉਹਨੇ ਫੋਨ ਲਾਇਆ DFC ਨੂੰ, ਉਹ ਕਹਿੰਦਾ ਜੀ ਤੁਹਾਡਾ ਹੀ ਹੁਕਮ ਆ ਜੀ, ਤੁਸੀਂ ਦੱਸੋ ਜੇ ਤੁਸੀਂ ਕਹੋਗੇ ਨਹੀਂ ਲਵਾਉਣੀ ਤਾਂ ਨਹੀਂ ਲਵਾਉਂਦੇ। ਸਪੀਕਰ ਔਨ ਕਰਕੇ ਲਾ ਲਿਆ, ਉਹ ਸਰਪੰਚ ਕੋਲੇ ਬੈਠੇ ਸਾਰੇ, ਨਹੀਂ 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 ਮੈਂ ਗੱਲ ਕਰਦਾ, ਮੈਂ ਗੱਲ ਕਰਦਾ ਮੰਤਰੀ ਸਾਹਿਬ ਨਾਲ। ਫਿਰ ਇਹਨੇ ਮੰਤਰੀ ਸਾਹਿਬ ਨੂੰ ਫੋਨ ਲਾ ਲਿਆ, ਭਾਰਤ ਭੂਸ਼ਣ ਆਸ਼ੂ ਨੂੰ, ਆਸ਼ੂ ਨੇ ਸੇਮ ਗੱਲ ਕਹੀ, ਜਨਾਬ ਦਾ ਹੁਕਮ ਆ ਜੀ, ਜਨਾਬ ਕਹਿਣਗੇ ਨਹੀਂ ਲੱਗੂ ਕਣਕ ਉਹਦੇ, ਸਪੀਕਰ ਔਨ ਸੀ ਉਹ ਸਰਪੰਚ ਮੌਕੇ ਦੇ ਗਵਾਹ। ਇਹ ਕਾਂਗਰਸ ਨੂੰ ਤਕੜਾ ਕਰਨ ਵਾਲੀਆਂ ਗੱਲਾਂ ਜਾਂ ਕਾਂਗਰਸ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ? ਜੇ ਕਮਲਜੀਤ ਸਿੰਘ ਸੱਚ ਬੋਲਦਾ ਤਾਂ ਕਾਂਗਰਸ ਕਮਜ਼ੋਰ ਹੁੰਦੀ ਆ, ਜੇ ਤੂੰ ਚੋਰੀਆਂ ਠੱਗੀਆਂ ਕਰਦਾ ਹੈ ਤਾਂ ਕਾਂਗਰਸ ਤਕੜੀ ਹੁੰਦੀ ਹੈ। ਲਾਈਵ ਡਿਬੇਟ 'ਚ ਬੈਠੋਗੇ ਰਾਜ ਵੜਿੰਗ? ਮੈਂ ਕਿਹਾ ਜਿੱਦੇ ਮਰਜ਼ੀ, ਹੁਣੇ ਕਰੋ ਫੋਨ ਉਹਨੂੰ, ਲਾਓ ਫੋਨ, ਹੁਣੇ ਲਾਓ ਫੋਨ, ਘਰੇ ਚੱਲ ਵੜਦੇ ਹੋ ਤਾਂ ਆਪਾਂ ਇਹ ਨਹੀਂ ਵੀ ਇੱਥੇ ਹੀ ਸੱਦਣਾ, ਆਪਾਂ ਉੱਥੇ ਚੱਲ ਵੜਦੇ ਹਾਂ, ਕਰੇ ਗੱਲ ਮੇਰੇ ਨਾਲ, ਫਿਰ ਤਾਂ ਬਾਹਲਾ ਕੁਛ ਖੁੱਲੂ ਜੇ ਲਾਈਵ 'ਤੇ ਬਿਠਾ ਲਓਗੇ ਸਾਹਮਣੇ ਨਾ, ਦੇਣੂ ਇਹੋ ਜਿਹਾ ਯਾਦ ਰੱਖੂ ਸਾਰੀ ਜ਼ਿੰਦਗੀ, ਬਾਹਰ ਨਿਕਲਣ ਜੋਗਾ ਨਹੀਂ ਰਹੂ ਇਹ, ਮੇਰੇ ਕੋਲ ਇਹੋ ਜਿਹਾ ਕੁਛ ਹੈ, ਤਾਂ ਮੈਂ ਸਭ ਤੋਂ ਪੁਰਾਣਾ ਮਿੱਤਰ ਹਾਂ ਇਹਦਾ, ਮੈਂ ਸਿੱਖਿਆ ਦਿੰਦਾ ਰਿਹਾ। ਅਸੀਂ 2008 ਦੇ ਵਿੱਚ ਪੈਦਲ ਯਾਤਰਾ ਸ਼ੁਰੂ ਕਰੀ ਯੂਥ ਕਾਂਗਰਸ ਦੀ, ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ, ਰਵਨੀਤ ਬਿੱਟੂ ਪ੍ਰਧਾਨ ਸੀ ਯੂਥ ਕਾਂਗਰਸ ਦੇ, ਅਸੀਂ ਬਹੁਤ ਵੱਡੇ ਇਕੱਠ ਦੇ ਨਾਲ ਉੱਥੋਂ ਯਾਤਰਾ ਸ਼ੁਰੂ ਕੀਤੀ ਸੀ ਪੂਰਾ ਪੰਜਾਬ ਦੇ ਵਿੱਚ ਪੈਦਲ ਮਾਰਚ।
ਐਤਕੀ ਤਾਂ ਜਿਹੜਾ ਕੁਛ ਹੋ ਗਿਆ ਗਾਂਹ ਨੂੰ ਧਿਆਨ ਰੱਖਿਓ ਵੀ ਇਹ ਗੁਰਬਾਣੀ ਦੀ ਪੰਕਤੀ ਤੁਸੀਂ ਗਲਤ ਪੜ੍ਹੀ ਹੈ। ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਵੀ ਜਪਜੀ ਸੋ ਨਹੀਂ 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 ਤੈਨੂੰ ਨਹੀਂ ਪਤਾ ਕਹਿੰਦਾ ਐਂ ਆਏ ਉਹ ਮੈਂ ਕਿਹਾ ਤੂੰ ਪਾਠ ਕੀਤਾ ਕਹਿੰਦੇ ਜਪਜੀ ਸਾਹਿਬ ਦਾ ਮੈਂ ਤੈਨੂੰ ਸਲਾਹ ਦੇ ਰਿਹਾ ਵੀ ਅੱਗੇ ਵਾਸਤੇ ਨਾ ਧਿਆਨ ਦੀ ਮੈਂ ਕਿਹੜਾ ਇੱਥੇ ਲੋਕਾਂ ਦੇ ਸਾਹਮਣੇ ਦੱਸ ਰਿਹਾ ਉੱਚੀ ਬੋਲ ਕੇ ਤੇਰੇ ਕੰਨ 'ਚ ਦੱਸ ਰਿਹਾ ਮਤਲਬ ਐਡਾ ਹੰਕਾਰ ਆ ਜਿਹੜੀ ਚੀਜ਼ ਦਾ ਨਹੀਂ ਵੀ ਪਤਾ ਵੀ ਇਹ ਮੈਂ ਕਹਿਤੀ ਤਾਂ ਇਹ ਸਹੀ ਆ ਤੂੰ ਗੁਰਬਾਣੀ ਦੀ ਪੰਕਤੀ ਕਹੀ ਜਾਂਦਾ ਮੈਂ ਕਈ ਵਾਰ ਮੈਥੋਂ ਵੀ ਗਲਤੀ ਹੋ ਸਕਦੀ ਕਿਸੇ ਤੋਂ ਵੀ ਹੋ ਸਕਦੀ ਕੋਈ ਬੰਦਾ ਦੱਸਦਾ ਆ ਕੇ ਤੁਹਾਡੇ ਕੰਨ 'ਚ ਮਤਲਬ ਹੰਕਾਰ ਐਡਾ ਸੋਚ ਐਡੀ ਮਾੜੀ ਹੈ ਹੁਣ ਇਹ ਨਹੀਂ ਪਤਾ ਸਲਾਹਾਂ ਕੌਣ ਦਿੰਦਾ ਜਾਂ ਸਲਾਹ ਕਿਸੇ ਦੀ ਮੰਨਦਾ ਕਿ ਨਹੀਂ ਮੰਨਦਾ ਇਹਦੇ ਨਾਲ ਦੇ ਸਾਥੀ ਮੈਨੂੰ ਫੋਨ ਕਰਦੇ ਵਿਚਾਰੇ ਕਿ ਬਾਈ ਯਾਰ ਤੂੰ ਔਖੇ ਸਮੇਂ 'ਚ ਨਾਲ ਰਿਹਾ ਤੂੰ ਮਾੜੇ ਵੇਲੇ 'ਚ ਤੂੰ ਨਾਲ ਰਿਹਾ ਇਹਦੇ ਪਰਦੇ ਢੱਕਦਾ ਰਿਹਾ ਇਹਦੀ ਖਾਤਰ ਲੜਦਾ ਰਿਹਾ ਕਿਉਂਕਿ ਜਿਹੜੇ ਜਾਂਦੇ ਸੀ ਨਾਲ ਇਹਦੇ ਖਾਸ ਮਿੱਤਰ ਇਹਦੇ ਸੱਜੀਆਂ ਖੱਬੀਆਂ ਬਾਹਾਂ ਉਹਨਾਂ ਦਾ ਮੇਰੇ ਨਾਲ ਪੂਰਾ ਪਿਆਰ ਆ ਮੈਨੂੰ ਕਹਿੰਦੇ ਆ ਕਹਿੰਦੇ ਯਾਰ ਤੂੰ ਹੁਣ ਪਾਸੇ ਹੁਣੇ ਪ੍ਰਧਾਨ ਬਣ ਗਿਆ ਹੁਣ ਚੰਗਾ ਹੈ ਆਪਦਾ ਇੱਕੋ ਡਾਇਲੋਗ ਇਹਨਾਂ ਦਾ ਵੀ ਆਪਦਾ ਮਾਰੂ ਤਾਂ ਛਾਵੇਂ ਸਿੱਟੂ ਮੈਂ ਕਿਹਾ ਜਿਹੜਾ ਆਪਦਾ ਹੋਊ ਮਾਰੂ ਹੀ ਕਿਉਂ ਉਹ ਛਾਵੇਂ ਧੁੱਪੇ ਤਾਂ ਗੱਲ ਹੀ ਜਦੋਂ ਬੰਦਾ ਮਾਰੀ ਗਿਆ ਧੁੱਪੇ ਸਿੱਟਦਾ ਛਾਵੇਂ ਸਿੱਟਦਾ ਫਿਰ ਤਾਂ ਮਤਲਬ ਹੀ ਨਹੀਂ ਕੋਈ ਤੂੰ ਨਾਲ ਰਹਿ ਮੈਂ ਕਿਹਾ ਮੈਂ ਨਾਲ ਕਿਵੇਂ ਰਹਾਂ ਸਾਡੇ ਵਿਚਾਰਾਂ 'ਚ ਮਤਭੇਦ ਪੈਦਾ ਹੋ ਗਏ ਇਹ ਸਿੱਖੀ ਦੇ ਖਿਲਾਫ਼ ਬੋਲਦਾ ਇਹ ਸਿੱਖੀ ਸਿਧਾਂਤਾਂ ਦੇ ਉਲਟ ਚੱਲਦਾ ਮੈਂ ਇਹਦੇ ਨਾਲ ਕਿਵੇਂ ਰਹਿ ਜੂੰ ਮੇਰੇ ਅੰਦਰ ਹੈ ਹੀ ਸਿੱਖੀ ਆ ਮੈਂ ਗੱਲ ਹੀ ਸਿੱਖੀ ਦੀ ਕਰਨੀ ਆ ਮੈਂ ਗੱਲ ਹੀ ਸਾਂਝੀਵਾਲਤਾ ਦੀ ਕਰਨੀ ਆ ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਸਕਦਾ ਮੈਂ ਨਾ ਹਿੰਦੂ ਨੂੰ ਮਾੜਾ ਕਹਾਂ ਨਾ ਮੁਸਲਮਾਨ ਨੂੰ ਨਾ ਸਿੱਖ ਨੂੰ ਸਭ ਤੋਂ ਵੱਧ ਮੇਰੇ ਮਿੱਤਰ ਹਿੰਦੂ ਆ ਖਾਸ ਭਰਾ ਨੇ ਮੇਰੇ ਸੋ ਅਸੀਂ ਜੇ ਅਸੀਂ ਗੰਗੂ ਬ੍ਰਾਹਮਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਭਾਈ ਮਤੀ ਦੱਸ ਭਾਈ ਸਤੀ ਦੱਸ ਭਾਈ ਦਿਆਲੇ ਹੋਰਾਂ ਦੀ ਵੀ ਗੱਲ ਕਰਨੀ ਬਣਦੀ ਆ ਜੇ ਅਸੀਂ ਚੜ੍ਹਦੀ ਕਲਾ ਵਾਲੇ ਸਿੰਘ ਦੀ ਗੱਲ ਕਰਦੇ ਹਾਂ ਜੇ ਅਸੀਂ ਸਿੱਖੀ ਦੀ ਜੜ ਨੂੰ ਅੱਗੇ ਹੋਰ ਬੂਟੇ ਨੂੰ ਵਧਾਉਣ ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੀ ਗੱਲ ਕਰਦੇ ਤਾਂ ਗਦਾਰ ਬਾਦਲਾਂ ਦੀ ਅਤੇ ਹੋਰ ਗਦਾਰਾਂ ਦੀ ਵੀ ਗੱਲ ਅਸੀਂ ਕਰਦੇ ਹਾਂ ਨਾ ਸੋ ਇਸ ਕਰਕੇ ਚੰਗੇ ਵੀ ਆ ਅਤੇ ਮਾੜੇ ਵੀ ਆ ਜਿਹੜੇ ਬਸ ਕੋਈ ਗੱਲ ਨਹੀਂ ਪਰਵਾਹ ਨਹੀਂ ਆਪਾਂ ਨੂੰ ਕਿਸੇ ਗੱਲ ਕਮਲ ਜੀ ਦੀ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੀ ਸੋ ਇਹ ਸੀ ਕਮਲਜੀਤ ਸਿੰਘ ਬਰਾੜ ਇਹਨਾਂ ਨੇ ਕਿਹਾ ਵੀ ਇਹ ਲੰਬੀ ਰੇਸ ਦੇ ਘੋੜੇ ਨੇ ਪਰ ਇਹ ਆਉਣ ਵਾਲੇ ਵਕਤ ਨੇ ਦੱਸਣਾਗਾ ਵੀ ਇਹ ਕਿੱਧਰ ਜਾਂਦੇ ਨੇ ਜਾਂ ਕੀ ਇਹਨਾਂ ਦਾ ਸਿਆਸੀ ਜਿਹੜਾ ਉਹ ਭਵਿੱਖ ਰਹਿੰਦਾ ਹੈਗਾ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ